लग्या ना तेनू कदे मैं आपदी मां दे गल लग के रोवां, आपदी मां कोल जावां कदे? तेनू तां पता सीगा वी मेरे पेके कित्थे आ, तूं क्यों आई? तां मैनू कहिंदी जदों मैनू देश निकाला मिल गया सी फिर मैं किवें आउंदी? बशर्म हुंदा कहिंदी ओह बंदा जिहड़ा देश निकाला दित्ते तों मुड़ के वापस जावे। फिर चलो जिवें भी हुंदा पिंडां दे हालात हुंदे आ, समझौता करके जी इन्हां नूं वापस फिर उत्थे तोरन लई कहता उन्हां ने। तां इह बीबी जीतो कहिंदे, मेरी दादी दसदी सी लास्ट टाइम जी, कहिंदे चटूरे दी वहीं नूं हत्थ पाया इहने ते इक हत्थ चगाठ नूं पाया होया सी। वी बाई मैं उत्थे जाणा नहीं, मैं बहुत औखी हाँ, मैनू तुसीं रख लो ते मैं तुहाडे घरे भांडे मांज के टाइम पास कर लूँ। कहिंदे वी बाई ने इहदियां सुणी नहीं कोई भी गल, ते बाई ने इहनूं कुटणा स्टार्ट करता ते कुट के इहनूं उठ ते बिठाता वी नहीं, तूं चल आपदे सॉरी। ਤੁਸੀਂ ਕਦੇ ਮਾਂ ਦੀ ਅੱਖਾਂ ਦੇ ਵਿੱਚ ਉਹ ਵਿਰਾਗ ਦੇਖਿਆ, ਕਦੇ ਰੋਂਦਿਆਂ ਨੂੰ ਦੇਖਿਆ ਇਹਨਾਂ ਨੂੰ? ਬਹੁਤ। ਇਸ ਵਾਰ ਮੈਂ ਗਈ ਲੋਕਡਾਊਨ ਦੇ ਦੌਰਾਨ, ਮੈਂ ਆਪਣੀ ਦਾਦੀ ਨੂੰ ਪੁੱਛਿਆ ਦਾਦੀ ਜੀਤੋ ਕੌਣ ਸੀ, ਤਾਂ ਮੇਰੀ ਦਾਦੀ ਮੇਰੇ ਗੱਲ ਲੱਗ ਕੇ ਰੋ ਪਈ, ਮੈਨੂੰ ਕਹਿੰਦੀ ਤੂੰ ਕਿੱਥੋਂ ਗੱਲਾਂ ਛੇੜ ਲਈਆਂ। ਆਜ਼ਾਦ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹੋਏ ਹਾਂ ਹਨੂੰਮਾਨਗੜ੍ਹ ਦੇ ਨੇੜੇ ਪਿੰਡ ਡਬਲੀ ਰਠੌਰ। ਤੁਹਾਨੂੰ ਇੱਕ ਇਹੋ ਜਿਹੀ ਕਹਾਣੀ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ, ਇੱਕ ਇਹੋ ਜਿਹੀ ਬਜ਼ੁਰਗ ਔਰਤ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਸ ਦੀ ਕਹਾਣੀ ਸੁਣ ਕੇ ਸ਼ਾਇਦ ਹੀ ਕੋਈ ਇਨਸਾਨ ਹੋਊਗਾ ਜਿਸ ਦੀਆਂ ਅੱਖਾਂ ਨਮ ਨਹੀਂ ਹੋਣਗੀਆਂ। ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਆਸੇ ਪਾਸੇ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਦੁਖਾਂਤ ਵਾਪਰਦੇ ਦੇਖਦੇ ਹਾਂ। ਕੁਛ ਦੁਖਾਂਤ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਸੁਣ ਕੇ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਆ। ਅਸੀਂ ਸੋਚੇ ਬਿਨਾਂ, ਅਸੀਂ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦੇ। ਇਹ ਕਹਾਣੀ 22 ਸਾਲ ਦੀ ਉਸ ਜੀਤੋ ਦੀ ਹੈ ਜੋ 63 ਸਾਲਾਂ ਬਾਅਦ ਜੀਤੋ ਬੇਬੇ ਬਣ ਕੇ ਆਪਣੇ ਪਰਿਵਾਰ ਨੂੰ ਮਿਲੀ ਹੈ। 63 ਸਾਲ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਜਿਹੜਾ ਦੁੱਖ ਹੈ, ਜਿਹੜਾ ਦੁਖਾਂਤ ਹੈ, ਸ਼ਾਇਦ ਹੀ ਸਾਡੇ 'ਚੋਂ ਕੋਈ ਸਮਝ ਸਕਦਾ। ਕਿਉਂਕਿ ਜਦੋਂ ਅਸੀਂ ਆਪਣੇ ਪਰਿਵਾਰਾਂ ਤੋਂ ਕੁਛ ਕੁ ਟਾਈਮ ਵੀ ਦੂਰ ਰਹੀਏ ਤਾਂ ਸਾਡਾ ਬੁਰਾ ਹਾਲ ਹੋ ਜਾਂਦਾ ਹੈ। ਪਰ ਉਹ ਔਰਤ, ਉਹ ਬਜ਼ੁਰਗ ਔਰਤ ਜਿਹਨੇ 63 ਸਾਲ ਆਪਣੇ ਪਰਿਵਾਰ ਤੋਂ ਪਾਸੇ ਰਹਿ ਕੇ ਕੱਟੇ, ਕਿਵੇਂ ਉਹ ਆਪਣੇ ਪਰਿਵਾਰ ਨੂੰ ਇੰਨੇ ਸਾਲਾਂ ਤੋਂ ਬਾਅਦ ਮਿਲੇ, ਕਿਹੋ ਜਿਹਾ ਉਹਨਾਂ ਦਾ ਜਿਹੜਾ ਇੰਨਾ ਸਮਾਂ ਕਿਵੇਂ ਗੁਜ਼ਰਿਆ ਉਹਨਾਂ ਦਾ, ਕਿਵੇਂ ਉਹ ਆਪਣੇ ਪਰਿਵਾਰ ਨੂੰ ਮਿਲੇ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹਨਾਂ ਦੇ ਰੂਬਰੂ ਕਰਵਾਉਣ ਦੀ। ਸਾਡੇ ਨਾਲ ਹੀ ਉਹ ਬੈਠੇ ਨੇ, ਪਰ ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ, ਜ਼ਿੰਦਗੀ ਦੇ ਤਜ਼ਰਬਿਆਂ ਦੇ ਨਾਲ ਸ਼ਾਇਦ ਐਡੇ ਵੱਡੇ ਦੁਖਾਂ 'ਚੋਂ ਨਿਕਲੇ ਆ, ਤਾਂ ਕਰਕੇ ਉਹਨਾਂ ਦੀ ਜਿਹੜੀ ਸੁਣਨ ਦੀ ਸ਼ਕਤੀ ਆ ਅਤੇ ਜੋ ਸਮਝਣ ਦੀ ਸ਼ਕਤੀ ਆ, ਅੱਖਾਂ ਦੀ ਜਿਹੜੀ ਅੱਖਾਂ ਦੀ ਨਜ਼ਰ ਆ ਉਹ ਵੀ ਬਹੁਤ ਘੱਟ ਚੁੱਕੀ ਹੈ। ਪਰ ਸਾਡੇ ਨਾਲ ਉਹ ਬੈਠੇ ਨੇ ਜਿਨ੍ਹਾਂ ਨੇ ਇੰਨੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਲੱਭ ਲਿਆ, ਇੰਨੇ ਸਾਲਾਂ ਬਾਅਦ ਲੱਭ ਲਿਆ, ਇੰਨੀ ਸ਼ਿੱਦਤ ਦੇ ਨਾਲ ਲੱਭਿਆ ਕਿ ਆਖਰ ਉਹ ਜੀਤੋ ਬੇਬੇ ਅੱਜ ਸਾਡੇ ਨਾਲ ਮੌਜੂਦ ਹੈ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਤੁਹਾਡੇ ਗੱਲਬਾਤ ਕਰਵਾਉਣ ਦੀ, ਕੋਸ਼ਿਸ਼ ਕਰਾਂਗੇ ਕਿ ਇਹ ਆਪਸ ਦੇ ਵਿੱਚ ਗੱਲ ਕਰਨ ਬੇਬੇ ਤੋਂ, ਅਸੀਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਦੇ ਇੰਨੇ ਸਾਲ ਗੁਜ਼ਰੇ, ਕਿਵੇਂ ਉਹਨਾਂ ਨਾਲ ਕੀ ਬੀਤਿਆ। ਸੋ ਆਓ ਤੁਹਾਨੂੰ ਪਹਿਲਾਂ ਰੂਬਰੂ ਕਰਵਾਉਂਦੇ ਹਾਂ ਉਹਨਾਂ ਦੇ ਨਾਲ, ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਬੇਬੇ ਨੂੰ, ਜੀਤੋ ਬੇਬੇ ਨੂੰ ਇੰਨੇ ਸਾਲਾਂ ਬਾਅਦ ਲੱਭਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜੀਤੋ ਬੇਬੇ ਦੀ ਭੈਣ ਦੀ ਪੋਤਰੀ ਨੇ ਇਹ, ਗੁਰਵੀਰ ਕੌਰ ਜੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਤਲਬ ਮੈਂ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਕਿ ਇੰਨੀ ਸ਼ਿੱਦਤ ਦੇ ਨਾਲ ਤੁਸੀਂ ਇੰਨਾ ਟਾਈਮ, ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀ ਕਿ ਬਹੁਤ ਕੋਸ਼ਿਸ਼ਾਂ ਕੀਤੀਆਂ ਤੁਸੀਂ, ਕਿੰਨੇ ਲੋਕਾਂ ਦੇ ਨਾਲ ਕੰਟੈਕਟ ਕੀਤੇ, ਕਿੰਨੇ ਪਿੰਡਾਂ ਦੇ ਵਿੱਚ ਪਤਾ ਕੀਤਾ, ਹੈ ਨਾ। ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਮਤਲਬ ਇੰਨਾ ਕਿਸੇ ਇਨਸਾਨ ਦੇ ਲਈ ਇੰਨਾ ਸੋਚਦੇ ਆ, ਇੰਨੀ ਮਿਹਨਤ ਕਰਦੇ ਹਨ। ਤਾਂ ਤੁਹਾਨੂੰ ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦੀ ਹਾਂ ਕਿ ਕਿਵੇਂ ਦਾ ਤੁਹਾਨੂੰ ਸਭ ਤੋਂ ਪਹਿਲਾਂ ਜੀਤੋ ਬੇਬੇ ਬਾਰੇ ਪਤਾ ਕਿਸ ਤੋਂ ਲੱਗਿਆ ਸੀ ਕਿ ਸਾਡੇ ਪਰਿਵਾਰ ਦੀ ਇੱਕ ਉਹ ਔਰਤ ਸੀ ਜੋ ਇੰਨੇ ਸਾਲਾਂ ਤੋਂ ਵਿਛੜੀ ਹੋਈ ਹੈ? ਹਾਂਜੀ, ਮੈਂ ਨਾ ਛੋਟੇ ਹੁੰਦੇ ਆਪਣੀ ਦਾਦੀ ਨਾਲ ਰਹਿੰਦੀ ਹੁੰਦੀ ਸੀ। ਇਹ ਮੇਰੇ ਦਾਦੀ ਦੇ ਭੈਣ ਨੇ ਜੀ,
तो मैं इन्हों सिर्फ इस करके लभ्या, एक जिहड़ी 12 साल की कुड़ी आ उन्हों सुपने आउंदे उहदी भैण जा रही है उन्हों छड्ड के, आवाजा मारदी जांदी आ सीते आ जा मैं तेरी बाँह फड़दी हाँ, उन्हों उह सुपनिआं च गल्लां दिसदियां ने। मैं छोटी हुंदी ने उन्हां दीआं गल्लां सुणीआं, उह रोंदे सी अपणीआं भैणां नाल गल्लां करके, उह सारे परिवार च गल नहीं करदे सी, जदों उह कट्ठीआं हुंदीआं सी ना उहदी गल्लां करदीआं सीआं उह सारीआं भैणां, तां उन्हां नूं कई वार लगदा सी मैं छोटे होण करके भी इह बच्ची इह सौंगी, पर मैं उन्हां दीआं गल्लां उह सुणदी रही बचपन तों लै के हुण तक। उह जदों समें दे नाल नाल गल्लां सी जिहड़ीआं उह साइड ते हुंदीआं रहीआं, मैं कोशिश करदी सी अपनी दादी तों पुछण दी वी कौण सी जीतो, तुसीं किहनूं लभदे सी, है ना। जदों किसे असीं इकट्ठ वट्ठ ते जाणा उदों वी उन्हां ने गुरद्वारे जां किते होर जिवें राजस्थान दे एरिए च खास तौर ते, तां उन्हां ने अपनी भैण नूं कहिणा थोड़ा जिहा बहाना ला के आपां होर बहि जाईए, खबरां आपां नूं जीतो ही दिस जे, उह सारीआं गल्लां सी जी। ਤਾਂ ਉਹ ਬਚਪਨ ਦੀਆਂ ਯਾਦਾਂ ਸੀ ਜਿਹੜੀਆਂ ਉਹ ਮੇਰੇ ਚੇਤਿਆਂ 'ਚ ਵਸੀਆਂ ਹੋਈਆਂ ਸੀਗੀਆਂ। ਇੰਨੇ ਲੰਮੇ ਸਮੇਂ ਬਾਅਦ ਮਤਲਬ ਮੈਨੂੰ ਪੁੱਛਣ ਦੀ ਹਿੰਮਤ ਨਹੀਂ ਸੀ ਆਪਣੀ ਦਾਦੀ ਤੋਂ ਕਿਵੇਂ ਪੁੱਛਾਂ ਜਾਂ ਕੀ ਕਹਾਣੀਆਂ। ਇਸ ਵਾਰ ਮੈਂ ਗਈ ਲੋਕਡਾਊਨ ਦੇ ਦੌਰਾਨ, ਮੈਂ ਆਪਣੀ ਦਾਦੀ ਨੂੰ ਪੁੱਛਿਆ ਦਾਦੀ ਜੀਤੋ ਕੌਣ ਸੀ, ਤਾਂ ਮੇਰੀ ਦਾਦੀ ਮੇਰੇ ਗੱਲ ਲੱਗ ਕੇ ਰੋ ਪਈ, ਮੈਨੂੰ ਕਹਿੰਦੀ ਤੂੰ ਕਿੱਥੋਂ ਗੱਲਾਂ ਛੇੜ ਲਈਆਂ, ਤੂੰ ਜੀਤੋ ਬਾਰੇ ਕਿਵੇਂ ਪੁੱਛ ਲਿਆ। ਮੈਂ ਕਿਹਾ ਮੈਂ ਤੁਹਾਡੀਆਂ ਗੱਲਾਂ ਸੁਣੀਆਂ, ਮੈਨੂੰ ਕਹਿੰਦੀ ਤੂੰ ਤਾਂ ਛੋਟੀ ਸੀ, ਮੈਂ ਕਿਹਾ ਮੈਂ ਉਦੋਂ ਦੀਆਂ ਹੀ ਗੱਲਾਂ ਸੁਣੀਆਂ ਹੋਈਆਂ ਤੁਹਾਡੀਆਂ। ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਮੇਰੀ ਭੈਣ ਸੀ ਜੀ ਜੀਤੋ, ਤਾਂ ਇਹਨਾਂ ਬਾਰੇ ਫਿਰ ਸਾਰੀਆਂ ਗੱਲਾਂ ਬਾਤਾਂ ਮੈਂ ਆਪਣੀ ਦਾਦੀ ਤੋਂ ਪੁੱਛਿਆ। ਉਸ ਤੋਂ ਬਾਅਦ ਮੈਂ ਇਹਨਾਂ ਲੱਭਣਾ ਸਟਾਰਟ ਕੀਤਾ ਜੀ। ਅਤੇ ਕਿਵੇਂ ਤੁਹਾਨੂੰ ਲੱਭੇ ਕਿਵੇਂ ਇਹ, ਇੰਨੇ ਸਾਲਾਂ ਦੇ ਬਾਅਦ ਤੁਸੀਂ ਕਿਵੇਂ ਕੋਸ਼ਿਸ਼ ਕੀਤੀ, ਤਾਂ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਕੀ ਹੈ, ਇਹ ਗੁੰਮ ਕਿਵੇਂ ਹੋ ਗਏ ਸੀਗੇ ਜੀ? ਇਹਨਾਂ ਨੂੰ ਲੱਭਣ ਦੇ ਲਈ ਤਾਂ ਮੇਰੀ ਦਾਦੀ ਜੀ ਵਰਗੀਆਂ ਨੇ ਭੈਣਾਂ ਨੇ, ਹੈ ਨਾ, ਵੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ, ਕੋਈ ਜਗ੍ਹਾ ਨਹੀਂ ਛੱਡੀ ਸੀ, ਪਰ ਲੱਭਿਆ ਉਹਨਾਂ ਨੇ ਅੰਦਰ ਖਾਤੇ ਆ, ਸ਼ਰੇਆਮ ਨਹੀਂ ਲੱਭਿਆ ਸੀਗਾ ਇਹਨਾਂ ਦਾ। ਬਸ ਉਹੀ ਜੀ ਸਮਾਜ ਦੀ ਗੰਦੀ ਸੋਚ, ਇੱਕ ਔਰਤ ਨੂੰ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਆਪਣੇ ਨਾਲ ਇਹ ਕਹਿਣ ਦਾ ਹੱਕ ਨਹੀਂ ਹੁੰਦਾ। ਇਹਦੀ ਸਿਚੁਏਸ਼ਨ ਕੀ ਸੀ, ਇਹਦੇ ਹਾਲਾਤ ਕੀ ਸੀ, ਇਹ ਕਿਵੇਂ ਉਹਨਾਂ ਹਾਲਾਤਾਂ 'ਚ ਰਹਿ ਰਹੀ ਸੀ, ਤਾਂ ਉਹ ਸਾਰੀਆਂ ਗੱਲਾਂ ਬਾਤਾਂ ਸੀਗੀਆਂ। ਇਹਦੇ ਪਰਿਵਾਰਕ ਮੈਂਬਰ ਜਿਹੜਾ ਪੇਕਾ ਪਰਿਵਾਰ ਸੀ, ਉਹਨਾਂ ਨੇ ਇਹਨਾਂ ਨੂੰ ਨਹੀਂ ਚੱਲਿਆ, ਮੇਰੀ ਦਾਦੀ ਦੱਸਦੀ ਸੀ ਗੱਲਾਂ, ਕਹਿੰਦੀ ਇਹਦੇ ਸਹੁਰਾ ਪਰਿਵਾਰ ਸੀ ਜਿਹੜਾ ਬਹੁਤ ਇਹਨਾਂ 'ਤੇ ਸਾਰਾ ਦਿਨ ਕੰਮ ਕਰਾਉਂਦੇ ਸੀ, ਇਹ ਆਪ ਵੀ ਦੱਸਣਗੇ ਉਹ ਗੱਲਾਂ ਆਪਾਂ ਕਰਾਂਗੇ। ਇਹਨਾਂ ਨਾਲ ਖਾਣ ਨੂੰ ਰੋਟੀ ਨਹੀਂ ਦਿੰਦੇ ਸੀ ਜੀ, ਕੁੱਟਦੇ ਮਾਰਦੇ ਸੀਗੇ। ਪੇਕੇ ਪਰਿਵਾਰ ਜਾਂਦੇ ਸੀ ਤਾਂ ਪੇਕੇ ਪਰਿਵਾਰ ਵਾਲੇ ਨਹੀਂ ਚੱਲਦੇ ਸੀ ਇਹਨਾਂ ਨੂੰ, ਉਹ ਸਮਝੌਤੇ ਕਰਨ ਤੋਂ ਬਾਅਦ ਇਹਨਾਂ ਨੂੰ ਉੱਥੇ ਇਹਦੇ ਸਹੁਰੇ ਪਰਿਵਾਰ ਦੇ ਵਿੱਚ ਤੋਰ ਦਿੰਦੇ ਸੀ। ਲਾਸਟ ਟਾਈਮ ਮੇਰੇ ਦਾਦੀ ਜੀ ਦੱਸਦੇ ਨੇ, ਜਦੋਂ ਇਹਨਾਂ ਨੂੰ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਮਤਲਬ ਐਂ ਸੁੱਟਤਾ ਸੀ ਵੀ ਇਹ ਮਰ ਗਈ, ਇਹਦੇ 'ਚ ਸਾਹ ਨਹੀਂ ਹੈਗੇ, ਤਾਂ ਪਿੰਡ ਦੇ ਕਿਸੇ ਬੰਦੇ ਨੇ ਸੁਨੇਹਾ ਦੇ ਕੇ, ਇਹਨਾਂ ਦੇ ਨਾਨਕੇ ਪਰਿਵਾਰ ਦੇ ਵਿੱਚ ਸੁਨੇਹਾ ਦੇ ਕੇ, ਉਹ ਆ ਕੇ ਇਹਨਾਂ ਨੂੰ ਇਹਦੇ ਪੇਕੇ ਪਿੰਡ ਲੈ ਗਏ ਸੀ ਜੀ। ਮਗਰੇ ਹੀ ਪਿੰਡ ਦੀ ਪੰਚਾਇਤ ਲੈ ਕੇ ਇਹਨਾਂ ਦੇ ਜਿਹੜੇ ਹਸਬੈਂਡ ਸੀ ਜੀ ਉਹ ਆ ਗਏ, ਕਹਿੰਦੇ ਤੁਹਾਡੀ ਕੁੜੀ ਕਿਸੇ ਨਾਲ ਨਿਕਲ ਗਈ। ਉਹ ਕਹਿੰਦੇ ਸਾਡੀ ਕੁੜੀ ਤਾਂ ਆਹ ਬੈਠੀ ਆ, ਤੁਸੀਂ ਕਹਿੰਦੇ ਹੋ ਨਿਕਲ ਗਈ ਕੁੜੀ ਤਾਂ ਸਾਡੀ ਆਹ ਬੈਠੀ ਆ। ਫਿਰ ਚਲੋ ਜਿਵੇਂ ਵੀ ਹੁੰਦਾ ਪਿੰਡਾਂ ਦੇ ਹਾਲਾਤ ਹੁੰਦੇ ਆ, ਸਮਝੌਤਾ ਕਰਕੇ ਜੀ ਇਹਨਾਂ ਨੂੰ ਵਾਪਸ ਫਿਰ ਉੱਥੇ ਤੋਰਨ ਲਈ ਕਹਿਤਾ ਉਹਨਾਂ ਨੇ, ਤਾਂ ਇਹ ਬੀਬੀ ਜੀਤੋ ਕਹਿੰਦੇ ਮੇਰੀ ਦਾਦੀ ਦੱਸਦੀ ਸੀ ਲਾਸਟ ਟਾਈਮ ਜੀ, ਕਹਿੰਦੇ ਚਟੂਰੇ ਦੀ ਵਹੀ ਨੂੰ ਹੱਥ ਪਾਇਆ ਇਹਨੇ ਅਤੇ ਇੱਕ ਹੱਥ ਚਗਾਠ ਨੂੰ ਪਾਇਆ ਹੋਇਆ ਸੀ, ਵੀ ਬਾਈ ਮੈਂ ਉੱਥੇ ਜਾਣਾ ਨਹੀਂ, ਮੈਂ ਬਹੁਤ ਔਖੀ ਹਾਂ, ਮੈਨੂੰ ਤੁਸੀਂ ਰੱਖ ਲਓ ਅਤੇ ਮੈਂ ਤੁਹਾਡੇ ਘਰ ਭਾਂਡੇ ਮਾਂਜ ਕੇ ਟਾਈਮ ਪਾਸ ਕਰ ਲੂੰ। ਕਹਿੰਦੇ ਵੀ ਬਾਈ ਨੇ ਇਹਦੀਆਂ ਸੁਣੀ ਨਹੀਂ ਕੋਈ ਵੀ ਗੱਲ, ਅਤੇ ਬਾਈ ਨੇ ਇਹਨੂੰ ਕੁੱਟਣਾ ਸਟਾਰਟ ਕਰਤਾ ਅਤੇ ਕੁੱਟ ਕੇ ਇਹਨੂੰ ਉੱਠ 'ਤੇ ਬਿਠਾਤਾ ਵੀ ਨਹੀਂ ਤੂੰ ਚੱਲ ਆਪਦੇ ਸਹੁਰੀ। ਮੇਰੀ ਦਾਦੀ ਕਹਿੰਦੀ ਵੀ ਇਹਨੂੰ ਨਾ ਘੜੀਸ ਕੇ ਬੋਤੇ ਦੇ ਉੱਤੇ ਬਿਠਾਇਆ ਗਿਆ ਵੀ ਨਹੀਂ ਤੂੰ ਜਾ। ਦਾਦੀ ਕਹਿੰਦੀ ਮੈਨੂੰ ਇਹ ਆਵਾਜ਼ਾਂ ਮਾਰੀ ਗਈ ਸੀ ਅਤੇ ਤੂੰ ਮੇਰੇ ਨਾਲ ਆ ਜਾ ਮੈਂ ਤੇਰੀ ਬਾਂਹ ਫੜ ਲੂੰ, ਤੂੰ ਭੱਜਿਆ। ਦਾਦੀ ਕਹਿੰਦੇ ਮੈਂ ਬੜੀ ਦੂਰ ਤੱਕ ਇਹਦੇ ਮਗਰ ਮਗਰ ਭੱਜੀ ਪਰ ਊਠ ਨੇ ਕਿੱਥੇ ਡਾਹ ਦੇਣੀ ਸੀ। ਇਦੂ ਬਾਅਦ ਤਾਂ ਜੀ ਉਹਨਾਂ ਕੋਲ ਇਹੀ ਸੁਨੇਹਾ ਆਇਆ ਸੀ ਇਹਦੇ ਸਹੁਰੇ ਪਰਿਵਾਰ ਵੱਲੋਂ, ਵਿੱਚ ਦੀ ਇਹ ਵੀ ਗੱਲਾਂ ਬਾਤਾਂ ਹੋ ਗਈਆਂ ਸੀ ਵੀ ਨਾ ਤਾਂ ਇਹ ਪੇਕੇ ਆਊਗੀ ਨਾ ਪੇਕਿਆਂ ਦਾ ਕੋਈ ਜੀ ਆ ਜਿਹੜਾ ਇਹਦੇ ਸਹੁਰੀ ਜਾਊਗਾ। ਇਹਨਾਂ ਨੇ ਬੜੇ ਸੁਨੇਹੇ ਘੱਲੇ ਸੀ ਵਿੱਚ ਦੀ ਵੀ ਮੈਂ ਬਹੁਤ ਔਖੀ ਹਾਂ, ਮੈਨੂੰ ਮਿਲ ਲਓ ਆ ਕੇ, ਮੈਨੂੰ ਕੋਈ ਖੂਹ ਟੋਭਾ ਵੀ ਨਹੀਂ ਚੱਲਦਾ, ਮੈਨੂੰ ਲੈ ਜਾਓ ਤੁਸੀਂ। ਪਰ ਇਹਨਾਂ ਦਾ ਜਿਹੜਾ ਕੋਈ ਵੀ ਸੁਨੇਹਾ ਹੈ ਉਹ ਇਹਦੇ ਪੇਕੇ ਪਰਿਵਾਰ ਵੱਲੋਂ ਨਹੀਂ ਸੁਣਿਆ ਗਿਆ ਸੀ ਅਤੇ ਇਹਨਾਂ ਕੋਲ ਇਹੀ ਮੁੜ ਕੇ ਆ ਗਿਆ ਸੀ ਵੀ ਜੀਤੋ ਬੇਬੇ ਆ ਜਿਹੜੀ ਉਹ ਕਿਸੇ ਨਾਲ ਨਿਕਲ ਗਈ ਹੈ। ਇੰਨਾ ਕੀ ਹੀ ਸਟੋਰੀ ਮੇਰੀ ਦਾਦੀ ਨੂੰ ਪਤਾ ਸੀ, ਇਸ ਤੋਂ ਬਾਅਦ ਉਹਨਾਂ ਨੂੰ ਨਹੀਂ ਪਤਾ ਸੀ, ਨਾ ਹੀ ਜੀਤੋ ਬੀਬੀ ਦਾ ਨਾਂ ਲਿਆ ਜਾਂਦਾ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ, ਨਾ ਹੀ ਇਹਨਾਂ ਦੀ ਕੋਈ ਗੱਲ ਕੀਤੀ ਜਾਂਦੀ ਸੀਗੀ। ਅਤੇ
पेके परिवार ने सहुरे परिवार के नाल जां इन्हां नूं लभण दी बाद च कोई कोशिश नहीं की भी इन्ने साल भी अपनी धी तो दूर रहण दा जिहड़ा दुख हुंदा है ना भावें किन्ना ही आ भावें वह माड़े से जां नहीं चलदे सी पर एक जिहड़ा आंदरां दा दर्द हुंदा है ना एक खून तो खून ही हुंदा अपना तां उन्हां ने कोशिश नहीं की इन्हां नूं लभण दी। ए जी इन्हां दे जिहड़े फादर साहब सी ना वह आर्मी दे विच रहे ने उन्होंने वर्ल्ड वार भी लड़ी है ਤਾਂ ਉਹ ਕਹਿੰਦੇ ਵੀ ਜਦੋਂ ਇਹਨਾਂ ਨੂੰ ਲੱਭ ਲਿਆ ਗਿਆ ਸੀ ਨਾ ਤਾਂ ਇਹਨਾਂ ਨੂੰ ਜਦੋਂ ਫਿਰ ਮਤਲਬ ਬੁਲਾਇਆ ਅਸਲ ਦੇ ਵਿੱਚ ਕਹਾਣੀ ਐਂ ਸਟਾਰਟ ਹੁੰਦੀ ਹੈ ਜੀ ਇਹਨਾਂ ਨੂੰ ਨਾ ਇਹਨਾਂ ਦੇ ਭਾਣਜੇ ਨਾਲ ਤੋਰ ਦਿੱਤਾ ਗਿਆ ਸੀਗਾ ਬਾਬੇ ਮਕੰਦੇ ਨੇ ਆਪ ਹੀ ਤੋਰਿਆ ਸੀ ਭਾਣਜੇ ਦੇ ਨਾਲ ਵੀ ਇਹ ਤਾਂ ਪੇਕੇ ਵੀ ਨਹੀਂ ਚੱਲਦੇ ਜਾਂ ਪਿੱਲੂ ਤੂੰ ਲੈ ਜਾ ਬਾਬੇ ਦਾ ਨਾਂ ਪਿੱਲੂ ਸੀ ਜਦੋਂ ਉਹ ਲੈ ਗਿਆ ਆਪਣੇ ਮਤਲਬ ਬੀਬੀ ਆਪਣੀ ਨਨਾਣ ਦੇ ਕੋਲ ਰਾਜਪੁਰੇ ਪਿੰਡ ਚਲੇ ਗਏ ਤਾਂ ਮਗਰੋਂ ਉਹਨਾਂ ਨੇ ਗੱਲ ਬਣਾ ਕੇ ਛੱਡਤੀ ਵੀ ਜੀਤੋ ਤਾਂ ਨਿਕਲ ਗਈ ਜੀ ਕਿਸੇ ਨਾਲ ਜਦਕਿ ਖੁਦ ਬਾਬੇ ਨੇ ਇਹਦੀ ਗਵਾਹ ਉਹਨਾਂ ਦੀ ਨੂੰਹ ਆ ਜੀ ਜਿਹੜੀ ਦੂਸਰੇ ਵਿਆਹ ਦੀ ਨੂੰਹ ਆ ਅਮੈਰੀਕਾ 'ਚ ਨੇ ਅੱਛਾ ਮਤਲਬ ਇਹਨਾਂ ਦੇ ਦੂਜੇ ਵਿਆਹ ਦੀ ਜਿਹੜੀ ਨੂੰਹ ਆ ਇਹਨਾਂ ਦੇ ਹਸਬੈਂਡ ਦੇ ਦੂਜੇ ਵਿਆਹ ਦੀ ਨੂੰਹ ਆ ਜੀ ਓਕੇ ਓਕੇ ਉਹਨਾਂ ਨੇ ਤੁਹਾਨੂੰ ਇਹ ਗੱਲ ਦੱਸੀ ਉਹਨਾਂ ਨੇ ਦੱਸਿਆ ਕਹਿੰਦੇ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਚਾਚੀਆਂ ਤਾਈਆਂ ਬਜ਼ੁਰਗ ਔਰਤਾਂ ਸੀ ਉਹਨਾਂ ਨੇ ਦੱਸਿਆ ਵੀ ਮਕੰਦਾ ਨਾ ਮਕੰਦੇ ਨੇ ਆਪ ਤੋਰੀ ਸੀ ਭਾਣਜੇ ਦੇ ਨਾਲ ਮਕੰਦਾ ਮਤਲਬ ਇਹਨਾਂ ਦੇ ਘਰ ਵਾਲਾ ਘਰ ਵਾਲਾ ਮਕੰਦੇ ਬਾਬੇ ਜੀ ਨੇ ਆਪ ਤੋਰੀ ਸੀ ਪਿੱਲੂ ਬਾਬੇ ਦੇ ਨਾਲ ਜਾਂ ਤੂੰ ਇਹਨੂੰ ਲੈ ਜਾ ਮਗਰੋਂ ਉਹਨਾਂ ਨੇ ਥਾਣੇ ਰਿਪੋਰਟ ਕਰਤੀ ਵੀ ਮੇਰੀ ਘਰ ਵਾਲੀ ਨੂੰ ਲੈ ਕੇ ਸਾਡਾ ਭਾਣਜਾ ਚਲਾ ਗਿਆ ਤਾਂ ਇਹਨੇ ਜੇ ਇਦੂ ਬਾਅਦ ਮੈਂ ਰਾਜਪੁਰੇ ਪਿੰਡ ਪਹੁੰਚੀ ਹਾਂ ਜੀ ਰਾਜਪੁਰੇ ਪਿੰਡ 'ਚ ਜਾ ਕੇ ਜਦੋਂ ਇਹਨਾਂ ਦਾ ਪਤਾ ਕੀਤਾ ਜਿਹੜੇ ਪਰਿਵਾਰ ਦੇ ਵਿੱਚ ਇਹਨਾਂ ਦੀ ਨਣਦ ਸੀ ਜੀ ਉੱਥੇ ਉਹਦੇ ਪਰਿਵਾਰ ਨੂੰ ਮਿਲੇ ਤਾਂ ਉਹਨਾਂ ਨੇ ਗੱਲਾਂ ਦੱਸੀਆਂ ਵੀ ਸਾਡੀ ਜਿਹੜੀ ਮਾਤਾ ਸੀ ਨਾ ਉਹ ਦੱਸਦੀ ਹੁੰਦੀ ਸੀ ਵੀ ਮੇਰੀ ਭਰਜਾਈ ਇੰਨੀ ਗੁਣੀ ਸੀ ਅਤੇ ਇੰਨੀ ਸੁਚਿਆਰੀ ਸੀ ਪਰ ਮੇਰੇ ਭਰਾ ਦੇ ਵਿੱਚ ਹੀ ਕਮੀਆਂ ਸੀ ਸ਼ਰਾਬ ਪੀ ਕੇ ਇਹਨੂੰ ਕੁੱਟਦਾ ਮਾਰਦਾ ਸੀ ਖਾਣ ਨੂੰ ਰੋਟੀ ਨਹੀਂ ਦਿੰਦੇ ਸੀ ਬਿਲਕੁਲ ਸੱਚਾਈ ਸੀ ਜੀ ਇਸ ਗੱਲ ਦੀ ਵੀ ਰੋਟੀ ਮੂਹਰੋਂ ਚੱਕ ਲੈਂਦੇ ਸੀ ਇਹਦੇ ਜਦੋਂ ਰੋਟੀ ਖਾਣ ਬਹਿੰਦੀ ਸੀ ਇਹ ਤਾਂ ਇਹ ਗੱਲਾਂ ਮੈਨੂੰ ਬੀਬੀ ਨੇ ਖੁਦ ਵੀ ਦੱਸੀਆਂ ਜਦੋਂ ਅਸੀਂ ਪਹਿਲੀ ਵਾਰ ਇਹਨਾਂ ਨੂੰ ਮਿਲੇ ਹਾਂ ਕਹਿੰਦੇ ਐਵੇਂ ਕਿਸੇ ਦੇ ਮੱਥੇ ਕਲੰਕ ਲਾਉਣ ਨੂੰ ਜੀ ਨਹੀਂ ਕਰਦਾ ਭੁੱਖੀ ਮਰਦੀ ਨਿਕਲੀ ਸੀ ਅਤੇ ਗੱਲ ਵੀ ਕਰਦੇ ਵਿੱਚ ਕਹਿੰਦੇ ਮੇਰੇ ਕੋਲ ਛੱਜ ਟੂਮਾਂ ਦਾ ਅਤੇ 7 ਫੁੱਟਾ ਸੰਦੂਕ ਸੀਗਾ ਅਤੇ ਇਕੱਲੀ ਜਾਣ ਦੀ ਜਾਨ ਲੈ ਕੇ ਨਿਕਲੀ ਸੀ ਆਂਦੀ ਉਹ ਵੀ ਭੁੱਖੀ ਮਰਦੀ ਮੈਂ ਤਾਂ ਇਹ ਸੀ ਜੀ ਗੱਲਾਂ ਬਾਤਾਂ ਇਹਨਾਂ ਦੀਆਂ ਇਦੂ ਬਾਅਦ ਜਦੋਂ ਰਾਜਪੁਰੇ ਪਿੰਡ ਦੇ ਵਿੱਚ ਪਿੱਲੂ ਬਾਬੇ ਦੇ ਉੱਤੇ ਪੁਲਿਸ ਨੂੰ ਲਿਆਂਦਾ ਗਿਆ ਇਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਨਨਾਣ ਸੀ ਜੀ ਉਹ ਪੜਛੱਤੇ ਹੁੰਦੇ ਸੀ ਪਿੰਡਾਂ 'ਚ ਅੱਗੇ ਕੱਚੇ ਘਰਾਂ ਦੇ ਵਿੱਚ ਉੱਥੇ ਇਹਨਾਂ ਨੂੰ ਲੁਕੋ ਕੇ ਰੱਖਿਆ ਇਹਨਾਂ ਦੇ ਘਰ ਵਾਲਾ ਕਹਿੰਦੇ ਤਲਵਾਰ ਲੈ ਕੇ ਚਲਾ ਗਿਆ ਸੀ ਉੱਥੇ ਵੀ ਮੈਂ ਮਾਰੂੰਗਾ ਜਾਂ ਤੁਹਾਡੇ ਬੇਟੇ ਨੂੰ ਮਾਰੂੰਗਾ ਜਾਂ ਬੀਬੀ ਨੂੰ ਕਹਿੰਦੇ ਸੀ ਵੀ ਇਹਨੂੰ ਮਾਰੂੰਗਾ ਮੈਂ ਅਤੇ ਕਹਿੰਦੇ ਮੈਂ ਇਹਨਾਂ ਨੂੰ ਲੁਕੋ ਕੇ ਰੱਖਿਆ ਖਾਣਾ ਪਾਣੀ ਆ ਜਿਹੜਾ ਉਹ ਪਰਛੱਤੇ ਦੇ ਵਿੱਚ ਹੀ ਮੈਂ ਇਹਨਾਂ ਨੂੰ ਦਿੰਦੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਹੋਰ ਆਪਣੇ ਜਾਣ ਪਹਿਚਾਣ ਜਿਹੜੇ ਵਾਲੇ ਸੀਗੇ ਉਹਨਾਂ ਦੇ ਘਰ ਇਹਨਾਂ ਨੂੰ ਰੱਖਿਆ ਗਿਆ ਫਿਰ ਪਤਾ ਨਹੀਂ ਉਦੋਂ ਬਾਅਦ ਦੀਆਂ ਕਹਾਣੀਆਂ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆ ਇਹ ਬਾਅਦ ਦੇ ਵਿੱਚ ਸਾਰੀਆਂ ਕਹਾਣੀਆਂ ਪਤਾ ਲੱਗਦੀਆਂ ਪਿੰਡ ਦੇ ਵਿੱਚ ਜਦੋਂ ਬਜ਼ੁਰਗਾਂ ਨੂੰ ਮਿਲੇ ਅਸੀਂ ਉਦੋਂ ਪਤਾ ਲੱਗਦਾ ਜੀ ਵੀ ਜਿਹੜਾ ਇਹਦੇ ਇਹਨਾਂ ਦੇ ਘਰ ਵਾਲਾ ਸੀਗਾ ਉਹਨੇ ਪੁਲਿਸ ਨੂੰ ਦੱਸਤਾ ਸੀ ਅਤੇ ਪੁਲਿਸ ਫੜ ਕੇ ਲੈ ਗਈ ਸੀ ਇਹਨਾਂ ਨੂੰ ਇਹਨਾਂ ਨੂੰ ਵੀ ਅਤੇ ਬਾਬੇ ਮਕੰਦੇ ਜਿਹੜਾ ਪਿੱਲੂ ਸੀ ਇਹਨਾਂ ਦਾ ਭਾਣਜਾ ਸੀ ਉਹਨਾਂ ਨੂੰ ਵੀ ਲੈ ਗਈ ਸੀ ਜੀ ਜਦੋਂ ਪੁਲਿਸ ਨੇ ਫੜ ਲਿਆ ਤਾਂ ਉੱਥੇ ਇਹਨਾਂ ਦੇ ਫਾਦਰ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਵੀ ਤੁਸੀਂ ਆਪਣੀ ਬੇਟੀ ਨੂੰ ਲੈ ਜਾਓ ਜਦੋਂ ਇਹਨਾਂ ਨੂੰ ਕਿਹਾ ਵੀ ਜਿੱਤੋ ਇਹਨਾਂ ਦੇ ਪਾਪਾ ਨੇ ਕਿਹਾ ਵੀ ਚੱਲ ਜਿਹੜੀ ਗੱਲ ਹੋਣੀ ਸੀ ਹੋ ਗਈ ਤੂੰ ਚੱਲ ਘਰੇ ਤਾਂ ਇਹ ਇਹਨਾਂ ਨੇ ਕਿਹਾ ਕਹਿੰਦੀ ਬਾਪੂ ਮੈਂ ਤਾਂ ਕਹਿੰਦੀ ਚਾਰੇ ਪੱਲੇ ਬੋਝ ਕੇ ਰੱਖੇ ਸੀ ਅੱਜ ਤੱਕ ਕਿਸੇ ਤੋਂ ਉਹ ਨਹੀਂ ਅਖਵਾਈ ਕਹਿੰਦੀ ਹੁਣ ਮੈਨੂੰ ਲੋਕ ਕਹਿਣਗੇ ਮੇਰੇ ਮੱਥੇ ਕਲੰਕ ਲੱਗ ਗਿਆ ਵੀ ਉਹ ਫਿਰਦੀ ਆ ਨਿਕਲੀ ਉਧਲੀ ਅਤੇ ਬਾਪੂ ਹੁਣ ਮੈਂ ਤੇਰੇ ਨਾਲ ਨਹੀਂ ਜਾਣਾ ਅੱਜ ਤੋਂ ਬਾਅਦ ਕਹਿੰਦੀ ਤੂੰ ਮੇਰਾ ਬਾਪੂ ਨਹੀਂ ਅਤੇ ਮੈਂ ਤੇਰੀ ਧੀ ਨਹੀਂ ਕਹਿੰਦੀ ਹੁਣ ਮੇਰੇ ਮੱਥੇ ਕਲੰਕ ਲੱਗ ਗਿਆ ਤਾਂ ਫਿਰ ਪਿੰਡ ਦੇ ਵਿੱਚੋਂ ਹੀ ਦੱਸਿਆ ਗਿਆ ਜੀ ਜਿਹੜਾ ਇਹਨਾਂ ਦਾ ਨੰਦੋਈਆ ਸੀ ਭਾਗ ਸਿਉਂ ਉਹਨਾਂ ਨੇ ਕੋਟ ਕਪੂਰੇ ਇਹਨਾਂ ਨੂੰ ਵਿਆਹ ਕੇ ਤੋਰਿਆ ਸੀ ਦੌਲਤਪੁਰੇ ਪਿੰਡ ਦੇ ਵਿੱਚ ਇਹਨਾਂ ਦੀ ਉਮਰ ਇਹ 20-21 ਸਾਲ ਦੇ ਸੀ ਅਤੇ ਇਹਨਾਂ ਦੇ ਘਰ ਵਾਲੇ ਦੀ ਉਮਰ ਜ਼ਿਆਦਾ ਸੀ 40-45 ਸਾਲ ਸੀ ਜੀ ਤਾਂ ਹੋ ਸਕਦਾ ਉਸ ਵਿਆਹ ਦੇ ਵਿੱਚ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਮੇਰੇ ਦਾਦੀ ਦੇ ਪਿਤਾ ਜੀ ਸੀ ਉਹ ਵੀ ਆਏ ਸੀ ਕਿਉਂਕਿ ਇਹ ਗੱਲਾਂ ਬਾਤਾਂ ਕਹਾਣੀ ਨਾਲ ਨਾਲ ਜੁੜਦੀ ਆ ਉਹ ਕੋਟਕਪੂਰੇ ਆਏ ਵੀ ਸੀ 4-5 ਦਿਨ ਰਹਿਣ ਲਈ ਆਏ ਸੀਗੇ ਤਾਂ ਉੱਥੋਂ ਫਿਰ ਇਹਨਾਂ ਨੇ ਪਿੰਡ ਜਾਣ ਤੋਂ ਮਨ੍ਹਾ ਕਰਤਾ ਸੀ ਅਤੇ ਫਾਦਰ ਸਾਹਿਬ ਵੀ ਇਹਨਾਂ ਦੇ ਵਿੱਚ ਹੀ ਸੀ ਇਹ ਸਾਨੂੰ ਦੌਲਤਪੁਰੇ ਦੇ ਵਿੱਚ ਜਿਹੜੇ ਇਹਨਾਂ ਦੇ ਘਰੇ ਸੀਰੀ ਰਲੇ ਹੋਏ ਸੀਗੇ ਉਹਨਾਂ ਨੇ ਦੱਸਿਆ ਉਹ ਕਹਿੰਦਾ ਮੈਂ ਖੁਦ ਵੀ ਬਰਾਤ ਗਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਨੰਦ ਦੇ ਕੇ ਤੋਰਿਆ ਗਿਆ ਸੀਗਾ ਇਹਨਾਂ ਨੂੰ
तो जदों हुण गल्लां करदे सी उन्हां नूं पुछदे सी, मेरे पापा भी पुछदे सी वी नाना वी सानूं मासी दस दे कित्थे आ जित्तों, आ तुसीं की लैणा, मौज करदी है बथेरे तकड़े घर आ, इन्नी गल कह के मतलब सार दिंदे सी। पर उन्हां ने कदे किसे नूं नहीं दस्या सी वी जित्तों बेबे है कित्थे। दादी जी हर गणे बहुत कोशिश की, दादी जी कहिंदे मेरी वी मम्मी सी जिहड़े उन्हां दे माता जी सी सारी उम्र रोंदे रहे वी इक वार मेरी धी मिला दे तू, है ना। पर उन्हां ने गल नहीं सुनी ते ना ही किसे नूं इह दस्या वी जित्तों बेबे कित्थे गई। इस गल दा सिर्फ भाग सिंह नूं ते इह बीबी दे पिता नूं ही पता सीगा वी जित्तों बेबे कित्थे गई आ, होर किसे नूं नहीं पता सी जी। तां करके इहनां नूं लभण दे विच बड़ी परेशानी आई। लभ्या इहनां नूं मैं पिंड दे लोक जिन्हां नूं कदे कताई इह मिली सी, पिंड च आ के गल्लां करदे सी उहनां दे जरिए लभण दी कोशिश कीती गई। किसे ने कहा सी जी इह बावल वासियां पिंड दे विच मिली सी, खेत रोटी लै के जांदी होई मिली सी। एक बार कोई व्यापारी सी जी नगौर तो बल्द लैके आउंदा सी, उह जित्तों बीबी दे घर ना पानी पीण लई रुकिया सी। जदों अगों बीबी पानी लैके आई ना तां फिर उहने कहा, उह असल दे विच ना जिहड़ा वड्डा भाई सी उहदों तों डरदे सी जी, जिवें अपने समाज दी आदत आ जी वी साडे मत्थे साडी कुड़ी कलंक ला गई। इह नहीं देखिया गया वी इहनूं प्रॉब्लम की सी, किन्नियां समस्यावां सी इहदे सामणे, इह किसी ने नहीं देखिया। ते भाई ने बिना किसी सच्चाई दे जाने पहचाने ये कहता सी वी उहनूं तुसीं लभणा नहीं, जे उहनूं लभ लिया तां मैं मर जूंगा। इहनां दे भरा ने ऐ कहता सी, हांजी। तां बीबी अर्गियां ने भी अंदर खाते लभण की कोशिश की, तो उन्होंने भी कहा गया सीगा भी जां तां तुसीं जित्तों लभ लो जां तुसीं मेरे नाल वरत लिओ। उही गल भी भरावां नाल वरतन दा भैणां नूं हुंदा, पेक्यां दा हुंदा। तां उन्होंने लभ्या बहुत सी अंदर खाते, लभ्या सी शरेआम नहीं किसी ने लभण की कोशिश की सी जी। हुण इह जदों तुहानूं पहली बार मिले है ना, तुसीं लभ के इहनां कोले जदों पहली बार गए तां की तुसीं इहनां नूं कहा? तुहानूं तां पछाणदे नहीं होणे क्योंकि तुसीं तां बहुत शायद उदों है वी नहीं सी, है ना। ते तुसीं इहनां नूं की दस्या, हुण तुहानूं किवें पछाणदे आ इह? फिर तुसीं मतलब उत्थों इहनां नूं इत्थे इहनां दी बेटी कोले लै के आए हो, ਤਾਂ ਕਿਵੇਂ ਇਹਨਾਂ ਨੇ ਮਤਲਬ ਗੱਲਬਾਤ ਆਪਦੀ ਪੁਰਾਣੀ ਕੀਤੀ ਸਾਂਝੀ ਤੁਹਾਡੇ ਨਾਲ? ਹਾਂਜੀ, ਬਹੁਤ ਗੱਲਾਂ ਕੀਤੀਆਂ। ਪਹਿਲਾਂ ਤਾਂ ਬੀਬੀ ਨੂੰ ਬੜਾ ਗੁੱਸਾ ਸੀਗਾ ਜਦੋਂ ਬੀਬੀ ਵਰਗੀਆਂ ਆਈਆਂ, ਹੈ ਨਾ। ਨੈਚੁਰਲੀ ਆ ਜੀ, ਸਾਰੇ ਮਤਲਬ ਇਮੋਸ਼ਨਲ ਹੋ ਜਾਂਦੇ ਆ, ਰੋ ਰਹੇ ਸੀਗੇ। ਤਾਂ ਬੀਬੀ ਨੇ ਬੀਬੀ ਨੂੰ ਬੜੀ ਮਤਲਬ ਐਵੇਂ ਗੁੱਸੇ ਦੇ ਵਿੱਚ ਸੀ, ਕਹਿੰਦੇ ਹੁਣ ਕੀ ਲੈਣ ਆਈ ਹਾਂ ਤੁਸੀਂ, ਇੰਨੇ ਸਾਲ ਨਹੀਂ ਮੈਨੂੰ ਲੱਭਿਆ, ਹੁਣ ਕੀ ਲੈਣ ਆਈ ਹਾਂ। ਮੈਂ ਆਖਿਆ ਬੀਬੀ ਇਹਨਾਂ ਨੇ ਤਾਂ ਬਹੁਤ ਲੱਭਿਆ, ਇਹਨਾਂ ਨੂੰ ਪਤਾ ਹੀ ਨਹੀਂ ਸੀ ਤੂੰ ਕਿੱਥੇ ਆ ਵੀ ਕਿਵੇਂ ਲੱਭਦੀ ਹਾਂ, ਤੈਨੂੰ ਤਾਂ ਪਤਾ ਸੀਗਾ ਵੀ ਮੇਰੇ ਪੇਕੇ ਕਿੱਥੇ ਆ, ਤੂੰ ਕਿਉਂ ਨਾ ਆਈ। ਤਾਂ ਮੈਨੂੰ ਕਹਿੰਦੀ ਜਦੋਂ ਮੈਨੂੰ ਦੇਸ਼ ਨਿਕਾਲਾ ਮਿਲ ਗਿਆ ਸੀ ਫਿਰ ਮੈਂ ਕਿਵੇਂ ਆਉਂਦੀ, ਬਸ਼ਰਮ ਹੁੰਦਾ ਕਹਿੰਦੀ ਉਹ ਬੰਦਾ ਜਿਹੜਾ ਦੇਸ਼ ਨਿਕਾਲਾ ਦਿੱਤੇ ਤੋਂ ਮੁੜ ਕੇ ਵਾਪਸ ਜਾਵੇ। ਤਾਂ ਫਿਰ ਵਿੱਚ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੈਨੂੰ ਯਾਦ ਨਹੀਂ ਆਉਂਦੀ ਸੀ? ਤਾਂ ਬੀਬੀ ਨੇ ਕਿਹਾ, ਪਹਿਲਾਂ ਤਾਂ ਕਹਿੰਦੀ ਨਹੀਂ ਮੈਂ ਨਹੀਂ ਕਿਸੇ ਨੂੰ ਯਾਦ ਕੀਤਾ ਕਦੇ। ਤਾਂ ਜਦੋਂ ਫਿਰ ਇਹਨਾਂ ਨੇ ਆਪਦੇ ਪਰਿਵਾਰ ਬਾਰੇ ਪੁੱਛਿਆ, ਕਹਿੰਦੀ ਮੇਰਾ ਬੱਗਾ ਬਾਈ ਕਿਵੇਂ ਆ? ਅਸੀਂ ਇਹਨਾਂ ਨੂੰ ਦੱਸਿਆ ਵੀ ਉਹਦੇ ਪਰਿਵਾਰ ਦੇ ਨਾ ਸਾਰੇ ਮੈਂਬਰਾਂ ਦੀ ਡੈਥ ਹੋ ਗਈ, ਉਹਦੇ ਬੇਟੇ ਦੀ, ਉਹਦੀਆਂ ਬੇਟੀਆਂ ਦੀ, ਇਕੱਲੀ ਇੱਕ ਹੀ ਬੇਟੀ ਜਿਉਂਦੀ ਆ ਅਤੇ ਬੱਗੇ ਦੇ ਘਰ ਵਾਲੀ ਇਹਨਾਂ ਦੀ ਭਰਜਾਈ ਜਿਉਂਦੀ ਆ। ਤਾਂ ਫਿਰ ਰੋਂਦੀ ਆ ਉੱਚੀ ਉੱਚੀ, ਫਿਰ ਪਿਘਲੀ ਜੀ ਫਿਰ ਰੋਣ ਲੱਗ ਪਈ, ਕਹਿੰਦੀ ਬੱਗਿਆ ਤੂੰ ਇੰਨੇ ਮਰੇ ਜਰ ਲੈ, ਤੂੰ ਮੈਨੂੰ ਜਿਉਂਦੀ ਨੂੰ ਜਰ ਲੈਂਦਾ। ਮਤਲਬ ਬਹੁਤ ਸੀ ਜੀ, ਹੈ ਨਾ ਗੱਲਾਂ ਬਾਤਾਂ। ਜਿਹੜੇ ਭਰਾ ਨੇ ਘਰ ਵੜਨ ਤੋਂ ਹੀ ਮਨਾ ਕਰਤਾ ਸੀ, ਲੱਭਣ ਤੋਂ ਹੀ ਮਨਾ ਕਰਤਾ ਸੀ, ਉਹ ਭਰਾ ਦਾ ਜਿਹੜਾ ਜੀ, ਉਹਨਾਂ ਨੂੰ ਯਾਦ ਕਰਕੇ ਰੋਏ ਇਹ। ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀ, ਆਪਣੀ ਬੀਬੀ ਨੂੰ, ਮੰਮੀ ਨੂੰ, ਪਾਪਾ ਨੂੰ ਯਾਦ ਕੀਤਾ ਇਹਨਾਂ ਨੇ ਪੁੱਛਿਆ। ਇਹਨਾਂ ਦੀ ਨਾ ਮਤਲਬ ਯਾਦ ਸ਼ਕਤੀ ਉੱਥੇ ਹੀ ਹਜੇ ਅੜੀ ਪਈ ਸੀ। ਇਹਨਾਂ ਨੇ ਪੁੱਛਿਆ ਜਿੱਤੋ ਬੇਬੇ ਨੇ ਪੁੱਛਿਆ, ਮਰੋ ਵਿਆਹ ਤੀ, ਸੀਤੋ ਵਿਆਹ ਤੀ, ਕੁੜੀਆਂ ਵਿਆਹ ਤੀਆਂ? ਪਹਿਲਾਂ ਗੁੱਸੇ 'ਚ ਪੁੱਛਦੀ ਆ, ਬੁੜਾ ਬੁੜੀ ਦਾ ਕੀ ਹਾਲ ਆ? ਅਤੇ ਮੇਰੀ ਦਾਦੀ ਪੁੱਛਦੀ ਆ, ਤੂੰ ਬੀਬੀ ਦੀ ਗੱਲ ਕਰਦੀ ਆ? ਹਾਂ। ਅਤੇ ਬੀਬੀ ਕਹਿੰਦੀ ਨਾ ਵੀ ਉਹ ਤਾਂ ਮਰ ਗਏ, ਕੁੜੇ ਕੀ ਹੋ ਗਿਆ ਮੇਰੀ ਮਾਂ ਨੂੰ? ਬੀਬੀ ਨੇ ਕਿਹਾ, ਉਹ ਕਹਿੰਦੇ ਵੀ ਵੱਡੀ ਉਮਰ ਦੇ ਸੀ, ਉਹ ਮਰ ਗਏ ਹੁਣ ਤਾਂ ਕਰਕੇ। ਅਤੇ ਫਿਰ ਬੜਾ ਰੋਏ ਇਹ, ਹਾਏ ਮੇਰਾ ਬਾਪੂ ਵੀ ਮੇਰੇ ਪੇਕਿਆਂ ਦੇ ਘਰ ਤਾਂ ਦੀ ਸ਼ਹਿਣੇ ਦਾ ਮੇਲਾ ਲੱਗਦਾ ਸੀ, ਕੀ ਹੋ ਗਿਆ ਮੇਰੇ ਪੇਕਿਆਂ ਦੇ ਘਰ ਨੂੰ? ਹਾਂਜੀ, ਕੀ ਹੋ ਗਿਆ ਮੇਰੇ ਪੇਕਿਆਂ ਦੇ ਘਰ ਨੂੰ? ਐਂ ਕਹਿ ਕੇ ਫਿਰ ਬੀਬੀ ਬਹੁਤ ਰੋਈ ਜੀ ਇਹ। ਹੁਣ ਆਪਾਂ ਆਪਣੇ ਨਾਲ ਗੱਲਬਾਤ ਕਰਨ ਦੇ ਹੈਗੇ ਨੇ ਥੋੜ੍ਹਾ ਜਿਹਾ ਸਮਝ ਇਹਨਾਂ ਦੀ, ਤੁਸੀਂ ਮੈਂ ਦੇਖਿਆ ਸੀ ਤੁਹਾਡੇ ਨਾਲ ਕਾਫੀ ਮਿਕਸਅਪ ਹੋ ਰਹੇ ਆ, ਗੱਲਾਂ ਕਰ ਰਹੇ ਆ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਨਾਲ ਥੋੜ੍ਹੀਆਂ ਬਹੁਤੀਆਂ ਗੱਲਾਂ ਆਪਦੀਆਂ ਪੁਰਾਣੀਆਂ ਸਾਂਝੀਆਂ ਕਰਨ। ਬੀਬੀ ਤੈਨੂੰ ਆਪਦੇ ਪੇਕਿਆਂ ਦੀ ਕਦੇ ਯਾਦ ਤਾਂ ਆਉਂਦੀ ਹੋਊਗੀ ਵੀ ਮੈਂ ਮਿਲਾਂ ਜਾ ਕੇ? ਨਹੀਂ, ਤੂੰ ਮੈਨੂੰ ਦੱਸ ਕਾਹਤੋਂ ਕਹਿਤਾ ਸੀ ਮੱਥੇ ਨਾਲ ਲੱਗੀ? ਜਦੋਂ ਆਪਾਂ ਘਰੋਂ ਨਿਕਲੇ ਫਿਰ ਆਪਾਂ ਕੀ ਕਰਨਾ, ਚੁੱਪ ਚ ਪੈਣਾ ਬੋਲਣਾ, ਉਹ ਬੜੀਆਂ ਗੱਲਾਂ ਨਾ ਛੇੜੋ। ਫਿਰ ਤੂੰ ਮਾਂ ਨੂੰ ਤਾਂ ਮਿਲ ਲੈਂਦੀ,
मावां धीआं दा किन्ना मोह प्यार हुंदा, तू किन्ना मोह करदी आं आपदी धी दा। चकटनी चकटनी मां मां आ जांदी, मां तां तेरी रोंदी भालदी भटकदी मर गई, मेरी जीतो मिला दिओ मैनू, मेरी जीतो मिला दिओ। ओ मेरी की वड्डी को वड्डी मरी, मेरी भैन हां वड्डी मरी, कुड़ियां चार छड्ड के हां पूरे मुंडा नहीं होया हां, ओ होके ना मर गई होके ना, ते जिहड़ा कड्डा सी मुंडा हां ओ एडा सयाना सी एडा सवाद सी हां, ओ मां तां मर गई है दो तीन है हां दो तीन है ते बगंदी की लगदी हां हां हां। फिर मैं कह बस तुसी मेरे ने मैं तेरे, ਆਪਾਂ ਜਵਾਬ ਹੀ ਦੇ ਦਿੱਤਾ। ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਤੁਸੀਂ ਜੀਤੋ ਬੇਬੇ ਨੂੰ ਲੋਕਡਾਊਨ ਦੇ ਚੱਲਦਿਆਂ ਚੱਲਦਿਆਂ ਹੀ ਲੱਭਿਆ ਹੋਣਾ, ਇਸ ਸਮੇਂ ਦੇ ਦੌਰਾਨ ਹੀ। ਇੱਕ ਇਹੋ ਜਿਹੇ ਇਨਸਾਨ ਨੂੰ ਲੱਭਣਾ ਜਿਹੜਾ ਬਹੁਤ ਸਾਲਾਂ ਦਾ ਗਵਾ ਚੁੱਕਿਆ ਹੋਵੇ, ਜਿਹਦੇ ਬਾਰੇ ਕੋਈ ਕੁਛ ਪਤਾ ਹੀ ਨਹੀਂ ਕਿ ਕਿੱਥੇ ਰਹਿੰਦਾ ਜਾਂ ਕੀ ਆ, ਉਹਦਾ ਕੋਈ ਥੋਹ ਪਤਾ ਹੀ ਨਹੀਂ, ਹੈ ਨਾ, ਬਹੁਤ ਮੁਸ਼ਕਲ ਆਈ ਹੋਣੀ ਆ ਤੁਹਾਨੂੰ ਇਹਦੇ ਵਿੱਚ, ਤੁਹਾਡੀ ਆਪਣੀ ਫੈਮਲੀ ਆ ਨਾ, ਤੁਹਾਡੀ ਫੈਮਲੀ ਨੇ ਇਹਦੇ ਵਿੱਚ ਕਿੰਨਾ ਸਪੋਰਟ ਕੀਤਾ, ਕੀ ਮੁਸ਼ਕਲਾਂ ਆਈਆਂ ਤੁਹਾਨੂੰ ਇਹਨਾਂ ਨੂੰ ਲੱਭਣ ਦੇ ਵਿੱਚ? ਜੀ ਮੈਨੂੰ ਮੇਰੀ ਫੈਮਲੀ ਦਾ ਪੂਰਾ ਸਪੋਰਟ ਰਿਹਾ ਜੀ, ਖਾਸ ਤੌਰ 'ਤੇ ਮੇਰੇ ਹਸਬੈਂਡ ਨੇ ਮੈਨੂੰ ਪੂਰਾ ਸਪੋਰਟ ਕੀਤਾ। ਉਹਨਾਂ ਨੇ ਕੀ ਕਰਨਾ, ਗੱਡੀ ਦੇ ਦੇਣੀ, ਗੱਡੀ ਦੇ ਵਿੱਚ ਪੈਟਰੋਲ ਪਵਾ ਦੇਣਾ, ਤਾਂ ਮੇਰੀ ਦੋਸਤ ਸੀ ਜੀ ਵੀਰਪਾਲ, ਉਹਨਾਂ ਨੇ ਗੱਡੀ ਚਲਾਉਣੀ, ਅਤੇ ਅਸੀਂ ਬੀਬੀ ਨੂੰ ਲੱਭਣ ਲਈ ਵੱਖ ਵੱਖ ਪਿੰਡਾਂ ਦੇ ਵਿੱਚ ਜਾਣਾ। ਤਾਂ ਪਹਿਲਾਂ ਸਭ ਤੋਂ ਪਹਿਲਾਂ ਜੀ ਮੈਂ ਘਣੀਆਂ ਪਿੰਡ ਪਹਿਲਾਂ ਲੱਭਦੀ ਨੂੰ ਤਾਂ ਮੈਨੂੰ ਬੜੀ ਦੇਰ ਹੋ ਗਈ ਸੀ, ਫੇਸਬੁੱਕ 'ਤੇ ਪਿਛਲੇ 5 ਸਾਲਾਂ ਤੋਂ ਲੱਭ ਰਹੀ ਸੀ ਮੈਂ, ਵੈਸੇ ਵੀ ਜੇ ਕੋਈ ਮਿਲਦਾ ਸੀ ਤਾਂ ਪੁੱਛਦੀ ਸੀ। ਮਤਲਬ ਮੇਰੇ ਚੇਤਿਆਂ ਦੇ ਵਿੱਚ ਇੱਕ ਪਿੰਡ ਮੋਰ ਜੰਡ ਵਸਿਆ ਹੋਇਆ ਸੀਗਾ, ਤਾਂ ਫੇਸਬੁੱਕ ਦੇ ਉੱਤੇ ਜਿਹੜੇ ਬਹੁਤ ਵਧੀਆ ਰਾਈਟਰ ਨੇ ਉਹਨਾਂ ਸਾਰਿਆਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਇਸ ਸਟੋਰੀ ਨੂੰ ਤੁਸੀਂ ਪਾਓ, ਹੋ ਸਕਦਾ ਜੀਤੋ ਬੇਬੇ ਦੇ ਪਰਿਵਾਰ ਤੱਕ ਪਹੁੰਚ ਜੇ ਜਾਂ ਕਿਸੇ ਨਾ ਕਿਸੇ ਜ਼ਰੀਏ ਇਹਨਾਂ ਦੀ ਉੱਗ ਸੁੱਗ ਮਿਲ ਜੇ। ਪਰ ਉੱਥੋਂ ਤਾਂ ਕੁਛ ਨਹੀਂ ਪਤਾ ਲੱਗਿਆ ਜੀ, ਫਿਰ ਮੈਂ ਘਣੀਏ ਪਿੰਡ ਤੋਂ ਹੀ ਜਦੋਂ ਦਾਦੀ ਨੂੰ ਪੁੱਛਿਆ ਮੈਂ, ਤਾਂ ਦਾਦੀ ਨੇ ਦੱਸਿਆ ਘਣੀਏ ਪਿੰਡ ਬਾਰੇ, ਉੱਥੋਂ ਲੱਭਣਾ ਸਟਾਰਟ ਕੀਤਾ। ਘਣੀਏ ਪਿੰਡ 'ਚ ਇਹਨਾਂ ਦਾ ਜਿਹੜਾ ਪੁਰਾਣਾ ਪਰਿਵਾਰ ਸੀ ਉਹਨਾਂ ਨਾਲ ਗੱਲਬਾਤ ਕੀਤੀ, ਉਦੋਂ ਬਾਅਦ ਫਿਰ ਮੈਨੂੰ ਇਹਨਾਂ ਦੀਆਂ ਨਨਾਨਾਂ ਕਿੱਥੇ ਵਿਆਹੀਆਂ ਸੀ, ਘਣੀਏ ਪਿੰਡ ਤੋਂ ਅੱਗੇ ਫਿਰ ਰਾਜਪੁਰੇ ਪਿੰਡ ਦੇ ਵਿੱਚ, ਉੱਥੇ ਵੀ ਜਿਹੜੇ ਇਹਨਾਂ ਦੀਆਂ ਦੋ ਨਨਾਨਾਂ ਸੀ ਉੱਥੇ ਵੀ ਲੱਭਣਾ ਮੁਸ਼ਕਲ ਸੀ ਵੀ ਕਿਹੜੇ ਪਰਿਵਾਰ ਦੇ ਪਰਿਵਾਰਿਕ ਮੈਂਬਰ ਸੀ ਜਿਹੜੇ ਇਹਨਾਂ ਨੂੰ ਲੈ ਕੇ ਗਏ ਸੀ। ਫਿਰ ਉਹ ਪਤਾ ਕੀਤਾ ਜੀ, ਫਿਰ ਫੋਨ 'ਤੇ ਕਾਫੀ ਗੱਲਬਾਤ ਹੁੰਦੀ ਰਹਿੰਦੀ ਸੀ, ਫਿਰ ਅਸੀਂ ਗੱਡੀ ਲੈ ਕੇ ਲੱਭਣ ਗਏ ਪਿੰਡ ਦੇ ਵਿੱਚ, ਉਸ ਪਰਿਵਾਰ ਨੂੰ ਮਿਲੇ, ਪਿੱਲੂ ਬਾਬੇ ਦੇ ਪਰਿਵਾਰ ਨੂੰ ਮਿਲੇ, ਤਾਂ ਜਿਹੜੇ ਜਿਸ ਘਰ ਇਹਨਾਂ ਦੀਆਂ ਨਨਾਨਾਂ ਸੀ ਉਸ ਪਰਿਵਾਰ ਨੂੰ ਮਿਲੇ, ਉਹਨਾਂ ਨਾਲ ਗੱਲਬਾਤ ਹੋਈ ਜੀ। ਪਰ ਉਸ ਪਰਿਵਾਰ ਨੂੰ ਕੁਛ ਨਹੀਂ ਪਤਾ ਸੀ ਵੀ ਜੀਤੋ ਬੇਬੇ ਨੂੰ ਅੱਗੇ ਕਿੱਥੇ ਤੋਰਿਆ ਗਿਆ ਹੈ। ਪਿੰਡ ਦੇ ਵਿੱਚ ਐਵੇਂ ਇੱਕ ਟੀਚਰ ਨੇ ਸਰ, ਉਹਨਾਂ ਨੇ ਬੜਾ ਸਹਿਯੋਗ ਰਿਹਾ ਮੇਰੇ ਨਾਲ, ਉਹਨਾਂ ਨੇ ਫਿਰ ਅੱਗੇ ਜਦੋਂ ਸਾਨੂੰ ਐਂ ਹੋ ਗਿਆ ਨਾ ਵੀ ਹੁਣ ਨਹੀਂ ਮਿਲਦੀ ਬੀਬੀ, ਅਸੀਂ ਵਾਪਸ ਆਉਣਾ ਸਟਾਰਟ ਕੀਤਾ ਜਦੋਂ ਪਿੰਡ ਤੋਂ, ਤਾਂ ਉਹਨਾਂ ਨੇ ਕਿਹਾ ਇੱਕ ਮਿੰਟ ਰੁਕੋ ਤੁਹਾਨੂੰ ਕਿਸੇ ਨਾਲ ਮਿਲਵਾਉਣਾ, ਤਾਂ ਅਸੀਂ ਉਹ ਖੇਤ ਦੇ ਵਿੱਚ ਪਿੱਲੂ ਬਾਬੇ ਦੇ ਕਿਸੇ ਦੋਸਤ ਕੋਲ ਲੈ ਕੇ ਗਏ। ਜਦੋਂ ਉਹਨਾਂ ਨੂੰ ਮਿਲੇ ਉੱਥੇ ਹੀ ਫਿਰ ਇੱਕ ਅੰਕਲ ਮਿਲੇ, ਫਿਰ ਉਹਨਾਂ ਨੇ ਅਗਲੇ ਬਜ਼ੁਰਗ ਐਵੇਂ ਕਰਦੇ ਕਰਦੇ ਜਿਨ੍ਹਾਂ ਦੇ ਘਰ ਜੀਤੋ ਬੇਬੇ ਨੂੰ 1 ਮਹੀਨਾ ਰੱਖਿਆ ਗਿਆ ਸੀ ਉਹ ਬਜ਼ੁਰਗ ਮਿਲੇ ਜੀ। ਉਹਨਾਂ ਨੇ ਦੱਸਿਆ, ਕਹਿੰਦੇ ਮੈਂ ਉਦੋਂ 16-17 ਸਾਲ ਦਾ ਸੀਗਾ, ਤਾਂ ਮੈਂ ਸੁਣਿਆ ਸੀ ਵੀ ਉਹਨਾਂ ਨੂੰ ਦੌਲਤਪੁਰੇ ਪਿੰਡ ਦੇ ਵਿੱਚ ਤੋਰ ਦਿੱਤਾ ਗਿਆ ਹੈ। ਹੁਣ ਇਹ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਦੌਲਤਪੁਰਾ ਕਿਹੜਾ ਸੀਗਾ, ਤਾਂ ਫਿਰ ਅਸੀਂ ਸਾਰੇ ਦੌਲਤਪੁਰੇ ਪਿੰਡ ਲੱਭੇ। ਪਹਿਲਾਂ ਤਾਂ ਜੀ ਵੈਸੇ ਹਨੇਰੇ 'ਚ ਹੀ ਦੇਖੋ ਲੱਭਦੇ ਰਹੇ, ਜਿਵੇਂ ਕਿਸੇ ਦੇ ਕਹਿਣ ਅਨੁਸਾਰ ਇਹ ਭਾਵ ਵਾਸੀਆਂ ਪਿੰਡ ਦੇ ਵਿੱਚ ਮਿਲੇ ਸੀ, ਭਾਵ ਵਾਸੀਆਂ ਪਿੰਡ ਸਾਰਾ ਲੱਭਿਆ, ਉੱਥੋਂ ਦੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ, ਪਿੰਡ ਦੀਆਂ ਸਾਰੀਆਂ ਵੋਟਾਂ ਇਕੱਠੀਆਂ ਕੀਤੀਆਂ ਪੁਰਾਣੀਆਂ, ਤਾਂ ਉਦੋਂ ਇੱਕ ਨਿਸ਼ਾਨਦੇਹੀ ਹੋਈ ਸੀ ਸ਼ਾਇਦ ਇਹ ਜੀਤੋ ਬੇਬੇ ਆ, ਤਾਂ ਕਹਿੰਦੇ ਜੀ ਉਹਨਾਂ ਦੀ ਤਾਂ ਡੈਥ ਹੋ ਗਈ। ਅਤੇ ਮੈਨੂੰ ਪਤਾ ਉਸ ਦਿਨ ਸਾਰੀ ਰਾਤ ਨਾ ਮੈਨੂੰ ਨੀਂਦ ਨਹੀਂ ਆਈ, ਤਾਂ ਮੈਨੂੰ ਐਂ ਸੀ ਚਲੋ ਜੇ ਜੀਤੋ ਬੇਬੇ ਨਾ ਵੀ ਮਿਲੀ ਨਾ ਉਹਦਾ ਪਰਿਵਾਰ ਜ਼ਰੂਰ ਮਿਲੂਗਾ, ਮੇਰੀ ਦਾਦੀ ਦੇ ਦਿਲ ਦੇ ਵਿੱਚ ਇੱਕ ਹੌਂਕਾ ਨਾ ਰਹੇ ਵੀ ਮੇਰੀ ਭੈਣ ਕਿਵੇਂ ਵੱਸਦੀ ਰਸਦੀ ਰਹੀ, ਇੱਕ ਵਾਰ ਉਹਨਾਂ ਨੂੰ ਮੈਂ ਦਿਖਾ ਜ਼ਰੂਰ ਦੇਵਾਂ। ਪਰ ਮੇਰੀ ਦਾਦੀ ਨੂੰ ਵੀ ਲੱਗਦਾ ਸੀ, ਮੇਰੀ ਦਾਦੀ ਕਹਿੰਦੇ ਨੇ ਅਸੀਂ ਬਹੁਤ ਲੱਭਿਆ ਗੁਰਵੀਰ, ਜਿਵੇਂ ਹੁੰਦਾ ਆਪਣੇ ਵੀ ਤੇਰੇ ਸਹੁਰੇ ਪਰਿਵਾਰ ਬਾਰੇ ਆ ਤੇਰੇ ਬੱਚਾ ਏ, ਉਹ ਕਹਿੰਦੇ ਨਹੀਂ ਮੈਂ ਨਹੀਂ ਲੱਭਣਾ ਆਪਦੀ ਭੈਣ, ਤੂੰ ਘਰੇ ਮੁੜਿਆ ਮੈਨੂੰ, ਕਹਿੰਦੇ ਕਾਫੀ ਹਨੇਰਾ ਹੋ ਗਿਆ ਸਾਨੂੰ, ਹੋ ਜਾਂਦਾ ਸੀ ਜੀ ਲੱਭਦੇ ਲੱਭਦਿਆਂ ਨੂੰ, ਤਾਂ ਕਹਿੰਦੇ ਵਾਪਸ ਮੁੜਿਆ ਨਹੀਂ ਮਿਲਣੀ ਹੁਣ ਨਹੀਂ ਮਿਲਦੀ ਜੀਤੋ, ਅਤੇ ਮੈਂ ਕਿਹਾ ਕੋਈ ਨਾ ਬੀਬੀ ਮੈਂ ਆ ਜਾਂਦੀ ਹਾਂ, ਮੈਂ ਮੈਨੂੰ ਪੁੱਛ ਲੈਣ ਦਿਉ। ਫਿਰ ਅਸੀਂ ਜਿਵੇਂ ਐਵੇਂ ਪੁੱਛਦੇ ਪੁੱਛਦੇ ਭਾਵ ਵਾਸੀਆਂ ਪਿੰਡ, ਅਤੇ ਫਿਰ ਇੱਕ ਵਾਰ ਸਾਨੂੰ 1-2 ਪਿੰਡ ਹੋਰ ਦੱਸੇ ਗਏ ਸੀ, ਉਹਨਾਂ ਪਿੰਡਾਂ ਦੇ ਵਿੱਚ ਵੀ ਅਸੀਂ ਪਤਾ ਕੀਤਾ, ਸਾਰੇ ਕਿਤੇ ਪਤਾ ਕਰਦੇ ਕਰਦੇ ਜਿਵੇਂ ਇੱਕ ਇਹ ਪਿੰਡ ਦੇ ਕਿਸੇ ਜਮਾਂਦਾਰਨੀ ਨੂੰ ਮਿਲੀ ਸੀ ਜੀ, ਉਹ ਅਮੈਰੀਕਾ ਚਲੇ ਗਏ, ਉਹਨਾਂ ਦਾ ਨੰਬਰ ਲਿਆ, ਉਹ ਕਹਿੰਦੇ ਉਹਨਾਂ ਦੀ ਡੈਥ ਹੋ ਗਈ, ਮੈਂ ਕਿਹਾ ਚਲੋ ਉਹਨਾਂ ਦੇ ਬੱਚਿਆਂ ਦਾ ਨੰਬਰ ਦੇ ਦਿਓ, ਕਹਿੰਦੇ ਉਹਨਾਂ ਦੀ ਵੀ ਕਾਰ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ। ਫਿਰ ਮੈਂ ਕਿਹਾ ਜੀ ਐਂ ਦੱਸੋ ਵੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਰਾਜਸਥਾਨ ਦੇ ਕਿਹੜੇ ਪਾਸੇ ਸੀ, ਉਸ ਟਰੈਕ ਦੇ ਉੱਤੇ ਲੱਭਿਆ ਜਾਵੇ ਜਿੱਧਰ ਟ੍ਰੇਨ ਆਉਂਦੀ ਸੀ ਅਤੇ ਜੀਤੋ ਬੇਬੇ ਖੇਤ ਨੂੰ ਰੋਟੀ ਦਿੰਦੀ ਦੇਣ ਜਾਂਦੀ ਸੀ ਅਤੇ ਮਿਲੀ ਸੀ।
आई एक बार कोई टोकरे बनाउन आए सी उन्हां दे हाथ स्नेहा कि लिया सी बीबी ने भी मेरे पेक्यां नूं स्नेहा दिओ ही थोनू मैं बहुत याद करदी हां तां मैनूं मिलो एक बार आके पर उन्होंने तो थोड़ा दसिया गया जी लोग दसते बीबी अर्गियां नूं दस दिंदे सी पर इन्हां दे भाई तो डरदे मुड़ के मुकर जांदे सी पिंड नहीं दसते सी तीन चार जाणियां दे हाथ इन्हां ने स्नेहा भेजिया दस दिंदे सी स्नेहा ला दिंदे सी पर जो लभण की गल हुंदी सी फिर आल मटोल कर दिंदे सी जां कोई गलत पिंड का पता दे दिंदे सी एवें हुंदा रहा है जी। जदों तुसी इन्हां नूं पहली बार जाके मिले किहो जे हालात सीगे इन्हां दे किवें रह रहे सीगे कित्थे रह रहे सीगे की दसां जी मैं ते मेरी दादी ना सारे रह रोंदियां आईयां मेरी दादी कहंदी जीतो जे तू सानू इहो जे हालातां च मिलना सी इदों तां तू ना ही मिलदी मतलब सानू समझ नहीं आ रही सी वी असीं इन्हां दा हुण की करिए किस तरीके नाल इन्हां नूं असीं कहा वी साडे नाल चलो असीं सोचिया सी जदों ही सानू जीतो बेबे मिल गई ना असीं नाल ले आवांगे उन्हां नूं पर देखिया इन्हां दे दो बेटे वी सी नाल ते उन्हां दे हालात वी बहुत माड़े सी एक बेटा तां तुसीं देखिया जे हत्थां दे भार तुरदा ए उहदी लत्त ते सप्प लड़िया होया ए दूसरा जिहड़ा इन्हां दा बेटा ए उन्हां नूं अख तों नहीं दिसदा तां घर दे हालात बहुत माड़े सी जी बीबी ने संदूखां दीआं गल्लां कीतीआं छज्ज भरा टूमां दी गल कीती पर इहदे कमरे च जा के देखो नीवीं जी छत आ उह वी लोहे दी पाई होई टुटे हुए मंजे सिर्फ दो ही आ ते पैण वाले तीन ने इह तो विस्तरे भी चार की पे सी मैनू कोई इन्हां दे कमरे दे विच कोई बहुता खाण पीन दा समान नहीं दिसिया लाइट दा प्रबंध नहीं सी जी कोई पक्खा नहीं सी खेत दे विचाले मकान आ उह धुप्प दे विच ते उहनूं जाण नूं पई वी नहीं वट्टां उत्तों दी लंघदे आ पता नहीं किवें लंघदे होणगे पाणी दा वी प्रबंध नहीं उह तौड़े भर के रखदे ने जी उत्थे तां इन्हां दीआं जमीनां जायदादां दा की बणिआ इह इक उलझण आ जी कुछ नहीं पता कि जमीन जायदाद का वैसे पता भी इन्हों कि आँदी सी कि किहड़े परिवार दे विच व्याहे सीगे जां मतलब पता इन्हां नूं आउंदी सी कोई जमीन जां किहो जिहा परिवार सी इन्हां दा नहीं परिवार तां देखो जी कहिंदे जदों इन्हां नूं व्याहिया ना परिवार बहुत वधिया सी दौलतपुरे दा उह सरदार वजदे सी 35 किले 35 किले सीगे उहनां कोल पर इन्हां ने वेच के जदों अगले पिंड लई ना उह सरकारी पैली सीगी तां इन्हां नूं पैली दे विच धोखा होया सीगा तां उह पैली सीगी जिहड़ी उह सरकारी सी वाह लैंदे ਸੀ ਵੀਜ ਲੈਂਦੇ ਸੀ ਤਾਂ ਸਰਕਾਰ ਕੱਟ ਕੇ ਲੈ ਜਾਂਦੀ ਸੀ ਤੇ ਪਲੰਟੀ ਪੈ ਜਾਂਦੀ ਸੀ ਉਦੋਂ ਬਾਅਦ ਹੁੰਦੇ ਹਵਾਉਂਦੇ ਜੀ ਇਹਨਾਂ ਨੇ ਕਰਨੀ ਸਰ 12 ਕਿੱਲੇ ਜ਼ਮੀਨ ਦੇ ਸੀਗੇ ਉਸ ਜ਼ਮੀਨ ਦਾ ਕੀ ਬਣਿਆ ਜੇ ਇਹਨਾਂ ਨੇ ਵੇਚੀ ਆ ਤਾਂ ਉਹ ਕਿੱਧਰ ਗਏ ਸਾਰੇ ਪੈਸੇ ਤਿੰਨ ਜੀ ਨੇ ਮੈਨੂੰ ਪਤਾ ਸੀ ਫਰੂਟ ਲੈ ਕੇ ਗਏ ਆ ਜਿਹੜੇ ਵੱਡੇ ਚਾਚਾ ਜੀ ਨੇ ਨਾ ਛੋਟੇ ਮੈਨੂੰ ਕਹਿੰਦੇ ਭੈਣੇ ਮੈਨੂੰ ਕੇਲਾ ਦੇ ਦੇ ਮੈਂ ਕਿਹਾ ਲੈ ਤੁਸੀਂ ਖਾ ਲਓ ਅਤੇ ਐਂ ਜਿਵੇਂ ਅੰਦਰ ਭੁੱਖ ਵਸੀ ਹੁੰਦੀ ਆ ਭੁੱਖੜਾਂ ਵਾਂਗੂ ਉਹਨਾਂ ਨੇ ਖਾਣਾ ਖਾਧਾ ਅਤੇ ਮੈਂ ਰੋਕ ਨਹੀਂ ਪਾਈ ਉਹ ਜਿਹੜਾ ਸੀਨ ਸੀ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਜਿਵੇਂ ਭੁੱਖ ਨਾ ਮਰੇ ਪਏ ਸੀ ਉਹ ਮੈਨੂੰ ਐਂ ਲੱਗਿਆ ਵੀ ਇਹਨਾਂ ਨੂੰ ਰੱਜਵੀਂ ਰੋਟੀ ਵੀ ਨਹੀਂ ਮਿਲਦੀ ਆਪਾਂ ਚਲੋ ਪਰਿਵਾਰ ਆਪਣੇ ਸਭ ਦੇ ਹੁੰਦੇ ਨੇ ਫਿਰ ਵੀ ਮੈਂ ਕੋਸ਼ਿਸ਼ ਕੀਤਾ ਇਹਨਾਂ ਨੂੰ ਇਹਨਾਂ ਹਾਲਾਤਾਂ 'ਚ ਨਹੀਂ ਛੱਡਾਂਗੇ ਇਹਨਾਂ ਦਾ ਇਲਾਜ ਕਰਵਾਵਾਂਗੇ ਜੀ ਅਤੇ ਇਹਨਾਂ ਦਾ ਕਮਰਾ ਹੈ ਜਿਹੜਾ ਉਹਦੀ ਛੱਤ ਬਦਲਾਵਾਂਗੇ ਪੱਖੇ ਅਤੇ ਬਿਜਲੀ ਦਾ ਪ੍ਰਬੰਧ ਜ਼ਰੂਰ ਕਰਾਂਗੇ ਬਾਕੀ ਇਹਨਾਂ ਦੀ ਜ਼ਮੀਨ ਦਾ ਕੀ ਬਣਿਆ ਇਹ ਖੁਦ ਇਹ ਆਪ ਹੀ ਦੱਸ ਸਕਦੇ ਨੇ ਜਾਂ ਉਹ ਪੜਤਾਲ ਹੋ ਸਕਦੀ ਆ ਵੀ 12 ਕਿੱਲੇ ਸੀ ਜ਼ਮੀਨ ਦੇ ਅਤੇ ਅੱਜ ਕੱਲ੍ਹ ਬੰਦਾ ਦਿਹਾੜੀਆਂ ਕਰਕੇ ਮੈਨੂੰ ਪਤਾ ਲੱਗਿਆ 20-20 ਰੁਪਏ 'ਤੇ ਦਿਹਾੜੀ ਜਾਂਦੇ ਨੇ ਜੀ ਇਹ ਦਿਹਾੜੀ ਕਰਕੇ ਰੋਟੀ ਖਾਂਦੇ ਨੇ ਮਤਲਬ ਉਹ ਜ਼ਮੀਨ ਸੀ ਜਿਹੜੀ ਉਹ ਕਿੱਧਰ ਗਈ ਹੈ ਨਾ ਉਹਦਾ ਕੁਛ ਨਹੀਂ ਤੋਂ ਪਤਾ ਨਹੀਂ ਲੱਗਿਆ ਨਹੀਂ ਹਜੇ ਕੁਛ ਨਹੀਂ ਪਤਾ ਜੀ ਬੀਬੀ ਜੀਤੋ ਜਦੋਂ ਆਪਦੀ ਭੈਣ ਕੋਲ ਆਈ ਲੈ ਕੇ ਆਏ ਆ ਇਹਨਾਂ ਨੂੰ ਕਰਨੀ ਸਰ ਤੋਂ ਤਾਂ ਉੱਧਰ ਰਾਤ ਨੂੰ ਉਹਨਾਂ ਨੇ ਸੇਵੀਆਂ ਬਣਾਈਆਂ ਸੇਵੀਆਂ ਖਾ ਕੇ ਅਤੇ ਕਹਿੰਦੀ ਮੇਰੀ ਮਾਸੀ ਨੂੰ ਸੱਦਿਆ ਉਹ ਤਾਂ ਸਿਰ ਭਲੋਸੇ ਕਹਿੰਦੀ ਜਿਉਂਦੀ ਵੱਸਦੀ ਰਹਿ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਖਾਧੀਆਂ ਕਹਿੰਦੀ ਕੱਚੀ ਲੱਸੀ ਦੇ ਵਿੱਚ ਨਾ ਰੋਟੀਆਂ ਭੋਰ ਭੋਰ ਕੇ ਖਾਂਦੇ ਸੀ ਅਸੀਂ ਕੱਚੀ ਲੱਸੀ 'ਚ ਐਡੀ ਘਰਾਣੇ ਦੀ ਧੀ ਨੂੰਹ ਹੋਣ ਦੇ ਬਾਵਜੂਦ ਅੱਜ ਇਹਦੇ ਇਹ ਹਾਲਾਤ ਨੇ ਇਹਦਾ ਜ਼ਿੰਮੇਵਾਰ ਕੌਣ ਆ ਪੇਕੇ ਨੇ ਸਮਾਜ ਨੇ ਜਾਂ ਸਹੁਰੇ ਨੇ ਕੌਣ ਨੇ ਜ਼ਿੰਮੇਵਾਰ ਜੀ ਹੁਣ ਜਿਵੇਂ ਤੁਸੀਂ ਦੱਸ ਦਿਓ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਆ ਇਹਨਾਂ ਦੇ ਇੱਕ ਬੇਟੇ ਦੀ ਜਿਹੜੀਆਂ ਲੱਤਾਂ ਤੋਂ ਤੁਰ ਨਹੀਂ ਸਕਦੇ ਇੱਕ ਬੇਟੇ ਦੇ ਅੱਖਾਂ ਦੀ ਨਜ਼ਰ ਨਹੀਂ ਹੈਗੀ ਇਹਨਾਂ ਦੇ ਖੁਦ ਦਾ ਵੀ ਤੁਸੀਂ ਦੱਸ ਦਿਓ ਕਿ ਇਹਨਾਂ ਦੇ ਪਿੱਛੇ ਇੱਕ ਫੋੜਾ ਹੈ ਹੈ ਨਾ ਤਾਂ ਇਹਦਾ ਇਲਾਜ ਕਰਵਾਉਣ ਦੇ ਲਈ ਜਿਹੜਾ ਤੁਸੀਂ ਪੈਸਿਆਂ ਦਾ ਜਿਹੜਾ ਪ੍ਰਬੰਧ ਆ ਉਹਦੇ ਲਈ ਤੁਸੀਂ ਸਮਾਜ ਭਲਾਈ ਸੰਸਥਾਵਾਂ ਤੋਂ ਜਾਂ ਸਰਕਾਰ ਤੋਂ ਕੋਈ ਮੰਗ ਕਰਦੇ ਹੋ ਹਾਂਜੀ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੇ ਮੈਨੂੰ ਸਹਿਯੋਗ ਕੀਤਾ ਅੱਜ ਬੀਬੀ ਜੀ ਵਾਸਤੇ ਰਾਸ਼ਨ ਵੀ ਭੇਜਿਆ ਪਰਮਿੰਦਰ ਵੀਰ ਜੀ ਨੇ
कह रहे हैं सहयोग करने लिए, पर मेन गल है जी सारिया एन जी ओ जिहड़ियां हुंदियां ने वो अपने अपने केस ही हैंडल करदियां ने, तां जेकर सरकार तो मदद हो जाए तो बहुत वधिया गल आ, पर असी मैनू ऐ लगता जेकर जीतो बीबी के इलाज लिए मैनू चौराहे च खड़ के मंगना भी पै गया ना तो मैं मंगन लई तैयार हाँ। इन्हां दा इलाज जरूर करांगे जी असी। आधार कार्ड सी इन्हां दे, जिहड़े आधार कार्ड सी होर नरेगा वाले कार्ड बने सीगे वह इन्हां दे झोले चो कढ लए गए आ, वह किने कढे आ इहदी भी पड़ताल जरूरी आ हजे करांगे जी, वह वापस मंगवावांगे किने कढे ने। देखो लोगों की किन्नी इंसानियत मर चुकी आ, तुसी इन्हां नूं रोटी पानी नहीं दे सकते, इन्हां दा इलाज नहीं कर सकते, ठीक है। तुसी घट्टो घट जेकर कोई इन्हां दी मदद करनी चाहुंदा इन्हां दे आधार कार्ड वगैरह तो ना कढो, वह मंगावांगे जी, उन्हां दी भी जांच पड़ताल करांगे वह किने कढ़िया किहदे कोल ने, तो इन्हां दा इलाज जल्दी आपां समाज सेवी संस्थावां दे सहयोग नाल जल्दी इन्हां दा इलाज करावांगे जी तिन्हां दा ही। बिल्कुल, जिहड़ी समाज ने जां इन्हां दे परिवार ने जो इन्हां दे नाल इस परिवार दे नाल इस बजुर्ग औरत दे नाल ना इंसाफी कीती आ, असीं चाहुंदे हां कि उमर दे इस पड़ाव ते आ के इन्हां नूं इंसाफ मिले, जिन्ना भी इन्हां दी जिंदगी दे विच इन्हां दीआं हालातां दे विच सुधार आ सकदा असीं भी चाहुंदे हां कि इन्हां दा सुधार होवे। गुरवीर जी नाल काफ़ी गल्लां हो गईआं, उन्हां ने इन्हां दे सारे हालातां बारे दस ही दित्ता कि किवें उन्हां ने इन्हां नूं लभ्या, किवें उन्हां दी जिंदगी दे विच किवें उतरा चढ़ाया है, कित्थे कित्थे उह रहे ते किहो जिहे उन्हां दे हालात सी जदों उह उन्हां नूं मिले। जीतो बेबे दा परिवार जिहड़ा साडे नाल इत्थे बैठा होया, उन्हां दे छे बच्चे सी जिन्हां चों तीन बच्चे इस दुनिया के उत्ते नहीं रहे, हुण उन्हां दी बेटी ते दो बेटे साडे नाल इत्थे बैठे हुए ने, थोड़ी बहुत गलबात करांगे उन्हां दे नाल। तुसी जदों छोटे सीगे उदों अपने नानकियां बारे जीतो बेबे तो कदे पुछिया तुसी? बहुत बारी पुछिया जी, सानू बेबे ने कुछ नहीं दस्या, असीं पुछदे सां आखदे है नहीं गा कोई तुहाडा, एक बार भी असीं जानदे नहीं भी उह व्यापारी सीगे कौण सी, उह कहा सी मैं छोटी सां, थोड़ा उच्ची मैं छोटी सां, ते मेरे भाई तां इह तां विचारे तां जमें छोटे सी, मैं कहना मां वांग वेखी ना भी इह कौण आ, मामा साडा नाना आदी कोई नहीं, मैनूं तां पता नहीं कौण है। अच्छा, हाँ जी, सानूं ऐ आख्या मैनूं। अच्छा, मतलब तुहानूं कदे कुछ नहीं दसदे सीगे? हाँ हाँ जी, मैनूं कुछ नहीं दस्या कदे, मैं बहुत वारी पुछिया सी, असीं कई बाले वारी पुछना सी छोटे छोटे हुंदे जदों, आखदे सी नहीं है ही नहीं गा, मेरा तां कोई है ही नहीं सीगा, असीं फिर असीं ऐं सोचना भी आखदे भी सानूं इहनूं क्यों नहीं दसदी, असीं चाचा तां इहनूं भी पुछना भी जदों इहनें दस्या ही नहीं सी असीं इहनूं भी, तां फिर सानूं भी उह वी की दसण विचारे, उह वी आखदे सी सानूं तां आप नहीं कुछ दसदी गी। हाँ, तुसी कदे माँ दी अखां दे विच उह वराग देखिया, कदे रोंदिआं नूं देखिआ इहनां नूं? बहुत बहुत वेख्या, कल्ली बैठी गल्लां करदी, कल्ली रोंदी सी, नवां तूं रोनी किहनूं गल्लां करदी, आखदी किसे नूं नहीं, तुहानूं की पता अज मैं हुण आपां नूं दसी जांदी आ, अहीं उदों दसी जांदी आखदी तुहानूं की पता, कोई नहीं मेरा तां कोई नहीं सीगा, मैं तां कल्ली सहंगी अहीं आखदी, तूं असीं अहीं आख दिंदे भी साडा कोई भी है नहीं गा, माँ तूं कल्ली सहंगी, सानूं अहीं नहीं पता सी भी साडियां इन्नियां मासियां मामे है, साडा इन्ना परिवार है, भी मैं ऐ नहीं भी मेरा विछड़ा परिवार मिलिया इन्ना। हाँ, ते थोड़े जिहड़े किहड़ा जिहड़ा परिवार सी थोड़ा उत्थे है ना जिथे तुसी रहिंदे सीगे, ओह परिवार तों कदे नहीं तुसी पुछण दी कोशिश कीती वी साडे नानके कित्थे? हाँ जी, पुछिया सी उस परिवार तों, सी बहुत वारी पुछिया सी सानीआं चाचियां नूं वी, हुण जिहड़ी मेरी चाची उत्थे जिहदे कोले सी इह ਉਹਨੂੰ ਅਸੀਂ ਪੁੱਛਦੇ ਸਾਂ, ਉਹ ਬਸ ਇੱਕ ਦੋ ਗੱਲਾਂ ਆਉਂਦੀ ਵੀ ਇੰਨਾ ਪਿੰਡ ਦਾ ਹੀ ਸਾਨੂੰ ਪਤਾ, ਅਤੇ ਵੀ ਤੁਹਾਡੀ ਮਾਂ ਸਾਨੂੰ ਨਾ ਦੱਸਦੀ ਨਹੀਂ ਸੀ ਕੁਛ ਵੀ, ਸਾਡੀਆਂ ਭੂਆ ਸੀ ਵੀ ਅੱਜ ਟਾਈਮ ਹੁਣ ਹੈ ਨਹੀਂ, ਅਸੀਂ ਭੂਆ ਨੂੰ ਵੀ ਪੁੱਛਦੇ ਜਿਹੜੀ ਮੈਨੂੰ ਇੱਥੇ ਲੈ ਕੇ ਆਈ ਸੀ, ਇਹਨੂੰ ਵੀ ਅਸੀਂ ਮੈਂ ਪੁੱਛਣਾ ਬਹੁਤ ਵਾਰੀ ਵੀ ਭੂਆ ਜੀ ਸਾਨੂੰ ਦੱਸੋ ਵੀ ਤੁਹਾਨੂੰ ਤਾਂ ਪਤਾ ਹੀ ਹੋਣਾ ਸਾਡੀ ਮਾਂ ਦਾ, ਆਖਦੀ ਪੁੱਤ ਸਾਨੂੰ ਦੱਸਦੀ ਨਹੀਂ ਸੀਗੀ, ਬਸ ਐਂ ਆਖਦੀ ਸੀ ਵੀ ਹੈ ਨਹੀਂ ਗਾ ਮੇਰਾ ਪੁੱਤ, ਸਾਨੂੰ ਤਾਂ ਆਪ ਨਹੀਂ ਦੱਸਿਆ ਤੇਰੀ ਮਾਂ ਨੇ, ਆਹੀ ਗੱਲਾਂ ਬਸ ਸਾਨੂੰ ਦੱਸਦੀ ਜੀ। ਹੁਣ ਜਿਵੇਂ ਦੱਸ ਰਹੇ ਸੀ ਕਿ ਉਹਨਾਂ ਦੇ ਜਿਹੜਾ ਪੈਰ 'ਤੇ ਸੱਪ ਲੜਿਆ ਹੋਇਆ ਉਹ ਤੁਰ ਨਹੀਂ ਸਕਦੇ ਹੈ ਨਾ, ਉਹਨਾਂ ਦੀ ਨਜ਼ਰ ਆ ਜਿਹੜੀ ਵੱਡੇ ਬੇਟੇ ਦੀ ਹੈ ਨਾ ਉਹ ਕਮਜ਼ੋਰ ਆ, ਅਤੇ ਇਹਨਾਂ ਦੇ ਆਪਦੇ ਵੀ ਬੈਕ 'ਤੇ ਫੋੜਾ ਹੈ ਨਾ, ਤੁਸੀਂ ਇਲਾਜ ਕਰਵਾਉਣ ਦਾ ਤੁਸੀਂ ਕੋਈ ਕੀ ਸੋਚਿਆ? ਮੈਂ ਬਹੁਤ ਵਾਰੀ ਇਹਨਾਂ ਨੂੰ ਉਦੋਂ ਉੱਥੇ ਵੇਖਿਆ ਸੀ, ਆਖਿਆ ਸੀ ਅਸੀਂ ਉੱਥੋਂ ਵਾਲੇ ਆਖ ਦਿੰਦੇ ਸੀ ਵਿਖਾਈ ਆ, ਅਸੀਂ ਆਖਦੇ ਉਹ ਵਿਖਾਈ ਆ ਬਜ਼ੁਰਗ ਹੋ ਗਈ ਇਹਦੇ ਟੀਕਾ ਨਹੀਂ ਲੱਗਦਾ ਗਾ, ਅਤੇ ਇਹਦੇ ਉਹ ਵੇਖੀ ਨਾ ਵੀ ਆਪਣਾ ਵੀ ਫੋੜਾ ਹੈ, ਇਹਦਾ ਇਲਾਜ ਨਹੀਂ ਹੁੰਦਾ, ਇਹਦੇ ਟੀਕਾ ਹੀ ਨਹੀਂ ਲੱਗਦਾ ਗਾ, ਇਹਦੇ ਹੱਡ ਨਹੀਂ ਕੰਮ ਕਰਦੇ, ਇਹਦੇ ਆਏ ਹਾਂ ਬਸ ਐਂ ਆਖ ਕੇ ਡਾਕਟਰ ਜਿਹੜਾ ਪਿੰਡ ਵਾਲਾ ਡਾਕਟਰ ਸੀ ਨਾ ਉਹਨੂੰ ਪੁੱਛਦੇ ਵਿਖਾਉਂਦੇ, ਮੈਂ ਵੀ ਇੱਕ ਦੁਬਾਰਾ ਮੱਥੇ ਗਈ, ਮੈਂ ਆਖਦੀ ਵੀ ਇਹਦੇ ਵੀਰੇ ਐਂ ਰੱਸਦਾ ਵਿਚਾਰੀ ਦੇ ਵੀ ਕੱਪੜੇ ਖਰਾਬ ਹੋ ਜਾਂਦੇ ਆ, ਆਹ ਹੁੰਦਾ ਇਹਦਾ ਭੈਣੇ ਹੁਣ ਬਜ਼ੁਰਗ ਹੋ ਗਈ ਇਹਦਾ ਕਿਹੜਾ ਹੁਣ ਆਪਰੇਸ਼ਨ ਹੋਣਾ ਵਿਚਾਰੀ ਦਾ,
ਤੇ ਉਹ ਜਿਹੜੀ ਉਹਨਾਂ ਦਾ ਲੱਤਾਂ ਦਾ ਵੀ ਇਲਾਜ ਹਨਾ ਲੱਤ ਬਾਰੇ ਜੀ ਵਿਖਾਇਆ ਸੀ ਉੱਥੇ ਵੀ ਵਿਖਾਇਆ ਸੀ ਦੋ ਵਾਰ ਡਾਕਟਰ ਆਏ ਸੀ ਉਹ ਵੀ ਕਹਿੰਦੇ ਸੀਗੇ ਵੀ ਇਹ ਆਹ ਮਾਸ ਹੀ ਕੱਟਾ ਹੋਇਆ ਮਾਸ ਕੱਟ ਕੇ ਤੇ ਵੀ ਸਹੀ ਹੋ ਜੂਗੀ ਹਾਂ ਤੇ ਵੀ ਸਹੀ ਹੋ ਜੂਗੀ ਵੀ ਇਹ ਤੁਰਨ ਲੱਗ ਜੂਗਾ ਸੋ ਇਹ ਸੀ ਜੀਤੋ ਬੇਬੇ ਜਿਨ੍ਹਾਂ ਦੀ ਕਹਾਣੀ ਸੁਣ ਕੇ ਸ਼ਾਇਦ ਹੀ ਕੋਈ ਇਨਸਾਨ ਹੋਊਗਾ ਜੋ ਭਾਵੁਕ ਨਾ ਹੋਇਆ ਹੋਵੇ ਇੰਟਰਵਿਊ ਦੇ ਦੌਰਾਨ ਮੈਂ ਖੁਦ ਜਦੋਂ ਗੁਰਵੀਰ ਜੀ ਤੋਂ ਗੱਲਾਂ ਸੁਣ ਰਹੀ ਸੀ ਉਹਨਾਂ ਦੇ ਪੁਰਾਣੇ ਸਮੇਂ ਦੀ ਤਾਂ ਮੈਂ ਆਪ ਖੁਦ ਕਿੰਨੇ ਵਾਰ ਭਾਵੁਕ ਹੋਈਆਂ ਮੇਰੀਆਂ ਅੱਖਾਂ ਕਿੰਨੇ ਵਾਰ ਭਰੀਆਂ ਇਸ ਪਰਿਵਾਰ ਦੀ ਕਹਾਣੀ ਤਾਂ ਤੁਸੀਂ ਸੁਣ ਲਈ ਹੈ ਹਾਲਾਤ ਵੀ ਤੁਸੀਂ ਸੁਣ ਲਿਆ ਕਿ ਕਿੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਹੁਣ ਉਹ ਇਸ ਟਾਈਮ ਹਨੂੰਮਾਨਗੜ੍ਹ ਦੇ ਕੋਲ ਜਿਹੜਾ ਪਿੰਡ ਹੈ ਉੱਥੇ ਆਪਣੀ ਬੇਟੀ ਦੇ ਕੋਲ ਆ ਚੁੱਕੇ ਨੇ ਜੀਤੋ ਬੇਬੇ ਅਤੇ ਉਹਨਾਂ ਦੇ ਦੋ ਬੇਟੇ ਉਹਨਾਂ ਦੀ ਬੇਟੀ ਬਾਰੇ ਵੀ ਮੈਂ ਤੁਹਾਨੂੰ ਦੱਸਦੀ ਹਾਂ ਉਹ ਵਿਧਵਾ ਨੇ ਬਹੁਤ ਛੋਟਾ ਜਿਹਾ ਘਰ ਆ ਜਿੱਥੇ ਅਸੀਂ ਬੈਠੇ ਹਾਂ ਦੋ ਕਮਰੇ ਨੇ ਕੁਛ ਵੀ ਹੈ ਨਹੀਂ ਆਸੇ ਪਾਸੇ ਬਹੁਤ ਹਾਲਾਤ ਇਸ ਘਰ ਦੇ ਵੀ ਮਾੜੇ ਨੇ ਬਹੁਤ ਗਰੀਬੀ ਦੇ ਵਿੱਚ ਰਹਿ ਰਹੇ ਨੇ ਇਹ ਅਤੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਤੁਸੀਂ ਦਰਸ਼ਕ ਸਾਡੇ ਟੀ ਵੀ ਦੇ ਨਾਲ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਹੋ ਜੇ ਤੁਹਾਡੇ ਵਿੱਚੋਂ ਕੋਈ ਵੀ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਜਾਂ ਕਿਸੇ ਐਨ ਜੀ ਓ ਨੂੰ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਜੁੜੇ ਹੋਏ ਹੋ ਤਾਂ ਇਸ ਪਰਿਵਾਰ ਦੀ ਜੀਤੋ ਬੇਬੇ ਦੀ ਕਹਾਣੀ ਸੁਣ ਕੇ ਇਹਨਾਂ ਦੀ ਇੰਟਰਵਿਊ ਦੇਖ ਕੇ ਤੁਸੀਂ ਇਹਨਾਂ ਦੀ ਜ਼ਰੂਰ ਹੈਲਪ ਕਰੋ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਬਹੁਤ ਜ਼ਿਆਦਾ ਕਿਉਂਕਿ ਇੱਕ ਇਨਸਾਨ 63 ਸਾਲ ਆਪਣੇ ਪਰਿਵਾਰ ਤੋਂ ਵਿਛੜਿਆ ਰਿਹਾ ਇੱਕ ਬਜ਼ੁਰਗ ਔਰਤ ਜਿਹੜੀ ਉਹਦਾ ਦੁੱਖ ਅਸੀਂ ਸਮਝ ਸਕਦੇ ਹਾਂ ਸੋ ਮੈਂ ਤੁਹਾਨੂੰ ਇਹੀ ਅਪੀਲ ਕਰਦੀ ਹਾਂ ਕਿ ਜਿੰਨਾ ਵੀ ਤੁਸੀਂ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਸ਼ੁਕਰੀਆ